ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਦੁਆਬਾ ਰੇਡੀਓ ਦਾ ਮੰਚ ਅਤੇ ਫਿਨਲੈਂਡ ਸਟੂਡੀਓ। ਬਾਤ ਪਾਉਂਦੇ ਹਾਂ ਨਾਵਲ ਦੀ। ਹਰ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਫਰਾਈਡੇ ਵਾਲਾ ਦਿਨ ਕਿਤਾਬਾਂ ਦੇ ਅੰਕ ਸੰਗ ਦਾ ਜਿਹੜਾ ਸੈਗਮੈਂਟ ਹੈ, ਹਰਜੀਤ ਅਟਵਾਲ ਜੀ ਦੀ ਕਲਮ ਦੇ ਵਿੱਚ ਉਹ ਨਾਵਲ 92 ਲੜੀਵਾਰ ਭਾਗ 14 ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਰਾਜੂ ਅਤੇ ਸੁਖਬੀਰ ਫਿਲਮ ਦੇਖ ਕੇ ਮੁੜੇ। ਡਿਗਵਾਂ ਜਿਹਾ ਸੂਰਜ ਆਪਣੀ ਪੀਲੀ ਧੁੱਪ ਲੈ ਕੇ ਹਾਲੇ ਕਾਇਮ ਸੀ। ਮਈ ਦੀ ਠੰਡ ਅਜਿਹੀ ਸੀ ਕਿ ਭਾਰੇ ਕੱਪੜੇ ਪਾ ਕੇ ਹੀ ਨਿਕਲਣਾ ਪੈਂਦਾ। ਉਹ ਦੋਵੇਂ ਲੇਟਨ ਸਟੋਨ ਦੇ ਸਟੇਸ਼ਨ ਤੋਂ ਇੱਕ ਦੂਜੇ ਦਾ ਹੱਥ ਫੜੀ ਬਾਹਰ ਨਿਕਲੇ। ਹਾਈ ਰੋਡ ਤੋਂ ਜੈਬਰਾ ਕਰੋਸਿੰਗ ਪਾਰ ਕਰਕੇ ਕਰਨ ਲੱਗੇ ਤਾਂ ਸਾਹਮਣੇ ਇੱਕ ਪਤਲਾ ਜਿਹਾ ਗੁਜਰਾਤੀ ਮੁੰਡਾ ਖੜ੍ਹਾ ਸੀ। ਸੁਖਬੀਰ ਉਸਨੂੰ ਦੇਖਦੇ ਹੀ ਬੋਲੀ, ਹੈਲੋ ਮੀਕ, ਹਾਓ ਆਰ ਯੂ? ਆਈ ਐਮ ਫਾਈਨ, ਹਾਓ ਆਰ ਯੂ? ਹਾਓ ਇਜ਼ ਐਵਰੀਬਾਡੀ? ਫਾਈਨ, ਐਵਰੀਬਾਡੀ ਫਾਈਨ। ਮੀਕ ਸੁਖਬੀਰ ਦਾ ਪੁਰਾਣਾ ਜਮਾਤੀ ਸੀ, ਦੇਰ ਬਾਅਦ ਮਿਲਿਆ ਸੀ। ਉਹ ਇੱਕ ਦੂਜੇ ਨੂੰ ਹੋਰਨਾਂ ਜਮਾਤੀਆਂ ਬਾਰੇ ਪੁੱਛਣ ਲੱਗੇ। ਸੁਖਬੀਰ ਗੱਲਾਂ ਕਰਦੀ ਇੰਨੀ ਖੁੱਭ ਗਈ ਕਿ ਉਸਨੂੰ ਕੋਲ ਖੜ੍ਹੇ ਰਾਜੂ ਦਾ ਚੇਤਾ ਹੀ ਨਾ ਰਿਹਾ। ਅਸਲ ਦੇ ਵਿੱਚ ਅੱਜ ਉਹ ਰਾਜੂ ਤੋਂ ਹਲਕੀ ਜਿਹੀ ਬੋਰ ਵੀ ਹੋ ਗਈ ਸੀ। ਇਸ ਦੇ ਲਈ ਵੀ ਉਹਦੇ ਵੱਲ ਉਸਦਾ ਧਿਆਨ ਨਾ ਗਿਆ। ਰਾਜੂ ਕੁਝ ਦੇਰ ਖੜ੍ਹਾ ਉਹਨਾਂ ਵੱਲ ਦੇਖਦਾ ਰਿਹਾ। ਉਸਨੂੰ ਇਵੇਂ ਅਣਗੋਲੇ ਜਾਣ ਉੱਪਰ ਬਹੁਤ ਗੁੱਸਾ ਵੀ ਆ ਰਿਹਾ ਸੀ। ਥੋੜ੍ਹੀ ਦੇਰ ਰੁਕ ਕੇ ਉਹ ਤੁਰ ਪਿਆ। ਨੇੜੇ ਹੀ ਤਾਂ ਸਹੁਰਿਆਂ ਦਾ ਘਰ ਸੀ। ਇਕੱਲੇ ਰਾਜੂ ਨੂੰ ਦਰਵਾਜ਼ੇ ਦੇ ਵਿੱਚ ਖੜ੍ਹਿਆ ਦੇਖ ਕੇ ਪ੍ਰਕਾਸ਼ ਕੌਰ ਨੇ ਕਾਹਲੀ ਦੇ ਨਾਲ ਪੁੱਛਿਆ, ਵੀਰਾ ਕਿੱਥੇ ਹੈ? ਉਹ ਮੋੜ 'ਤੇ ਖੜ੍ਹੀ ਕਿਸੇ ਮੁੰਡੇ ਦੇ ਨਾਲ ਗੱਲਾਂ ਕਰਦੀ ਹੈ। ਕੌਣ ਮੁੰਡਾ? ਪਤਾ ਨਹੀਂ, ਪਹਿਲਾਂ ਮੈਂ ਕਦੇ ਨਹੀਂ ਦੇਖਿਆ। ਰਾਜੂ ਨੇ ਜ਼ਰਾ ਕੁ ਹਿਰਖ ਜਿਹੜਾ ਵਿੱਚ ਆਖਿਆ ਅਤੇ ਪ੍ਰਕਾਸ਼ ਕੌਰ ਨੇ ਜਿਹੜਾ ਸੀ ਹੱਥਾਂ ਪੈਰਾਂ ਦੀ ਪੈ ਗਈ। ਪ੍ਰਕਾਸ਼ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੁਖਬੀਰ ਦਾ ਖੁੱਲ੍ਹਾ ਸੁਭਾਅ ਉਸਨੂੰ ਹਰ ਵੇਲੇ ਧੁੜਕੂ ਲਾਈ ਰੱਖਦਾ ਸੀ। ਉਸਨੇ ਨਾ ਜੁੱਤੀ ਪਾਈ ਅਤੇ ਨਾ ਹੀ ਸਿਰ ਦੇ ਉੱਤੇ ਕੁਝ ਲਿਆ ਅਤੇ ਉੱਧਰ ਨੂੰ ਭੱਜ ਤੁਰੀ। ਸੁਖਬੀਰ ਦੂਰ ਖੜ੍ਹੀ ਹਾਲੇ ਵੀ ਮੁੰਡੇ ਦੇ ਨਾਲ ਗੱਲਾਂ ਕਰਦੀ ਸੀ, ਉਸਨੂੰ ਦਿਸ ਰਹੀ ਸੀ। ਉਹ ਜਾਂਦੀ ਹੀ ਉਸ 'ਤੇ ਵਰ ਪਈ, ਤੂੰ ਪਾਗਲ ਤਾਂ ਨਹੀਂ ਹੋ ਗਈ? ਚੱਲ ਤੁਰ ਘਰ ਨੂੰ, ਤੇਰੇ ਡੈਡੀ ਆਏ ਬੈਠੇ ਹੈ ਅਤੇ ਭਾਜੀ ਅਤੇ ਸੁਰਿੰਦਰ ਵੀ। ਸੁਖਬੀਰ ਮਿੱਕ ਨੂੰ ਅਲਵਿਦਾ ਕਹਿੰਦੀ ਤੁਰ ਪਈ। ਪ੍ਰਕਾਸ਼ ਕੌਰ ਬੋਲੀ, ਤੈਨੂੰ ਸ਼ਰਮ ਆਇਆ ਕਿ ਨਹੀਂ ਹੈ? ਕੋਈ ਗੱਲ ਨੂੰ, ਕੱਲ੍ਹ ਨੂੰ ਤੇਰਾ ਵਿਆਹ ਕਰਨਾ, ਮੁੰਡਾ ਤੇਰੇ ਨਾਲ ਹੈ ਅਤੇ ਤੂੰ ਕਿਸੇ ਹੋਰ ਦੇ ਨਾਲ ਗੱਲਾਂ ਕਰੀ ਡਹਿ ਪਈ ਹੈ। ਮੰਮੀ, ਮੇਰਾ ਕਲਾਸ ਫੈਲੋ ਹੈ। ਉਹ ਚੁੱਪ ਕਰਕੇ ਘਰ ਨੂੰ ਤੁਰ ਚੱਲ, ਲੱਗਦੀ ਕਲਾਸ ਫੈਲੋਆਂ ਦੀ। ਉਹ ਘਰ ਪੁੱਜੀਆਂ ਤਾਂ ਅਜੀਬ ਜਿਹੀ ਚੁੱਪ ਪਸਰੀ ਪਈ ਸੀ। ਗੁਲਵੰਤ, ਰਾਜੂ ਅਤੇ ਸੁਰਜਨ ਸਿੰਘ ਇੱਕਦਮ ਖਾਮੋਸ਼ ਬੈਠੇ ਸਨ। ਸੁਰਿੰਦਰ ਵੀ ਦੂਜੇ ਕਮਰੇ 'ਚੋਂ ਆ ਗਈ। ਉਸਨੂੰ 7ਵਾਂ ਮਹੀਨਾ ਚੱਲ ਰਿਹਾ ਸੀ। ਸਾਰੇ ਹੀ ਸੁਖਬੀਰ ਨੂੰ ਝਿੜਕਦੇ ਅਕਲਾਂ ਦੇਣ ਲੱਗੇ। ਸੁਖਬੀਰ ਮੋਢੇ ਜਿਹੇ
ਚੁੱਕਦੀ ਕਹਿੰਦੀ ਜਾ ਰਹੀ ਸੀ, ਸੋ ਵਟ, ਗੁਲਵੰਤ, ਸੁਰਿੰਦਰ ਅਤੇ ਰਾਜੂ ਅੱਜ ਸਵੇਰੇ ਹੀ ਇੱਧਰ ਆ ਗਏ ਸਨ। ਰਾਜੂ ਅਤੇ ਸੁਖਵੀਰ ਨੇ ਫਿਲਮ ਦੇਖਣ ਜਾਣਾ ਸੀ। ਗੁਲਵੰਤ ਅਤੇ ਸੁਰਜਨ ਰੋਇਲ ਡੀਨ ਐਤਵਾਰ ਦੀ ਸ਼ਿਫਟ ਜਿਹੜੀ ਸੀ ਲਾਉਣ ਚਲੇ ਗਏ। ਸਵਾ ਕੁ ਚਾਰ ਵਜੇ ਉਹ ਪਰਤੇ ਸਨ। ਸੁਖਵੀਰ ਦਾ ਇਵੇਂ ਓਪਰੇ ਬੰਦੇ ਦੇ ਨਾਲ ਖੜ੍ਹ ਕੇ ਗੱਲਾਂ ਕਰਨਾ ਗੁਲਵੰਤ ਨੂੰ ਇੰਨਾ ਨਹੀਂ ਸੀ ਚੁੱਭਿਆ। ਉਹ ਇਸਨੂੰ ਸੁਖਵੀਰ ਦਾ ਬਚਪਨਾ ਹੀ ਸਮਝ ਰਿਹਾ ਸੀ। ਪਰ ਰਾਜੂ ਇਸ ਗੱਲ ਨੂੰ ਦਿਲ 'ਤੇ ਲਾ ਗਿਆ। ਉਹ ਕਿਸੇ ਨਾਲ ਬੋਲਿਆ ਤੱਕ ਨਾ, ਰੋਟੀ ਖਾਣ ਵੇਲੇ ਵੀ ਚੁੱਪ ਰਿਹਾ ਅਤੇ ਘਰ ਵਾਪਸ ਮੁੜਦਿਆਂ ਵੀ। ਉਸਨੂੰ ਲੱਗਣ ਲੱਗਿਆ ਕਿ ਸੁਖਬੀਰ ਉਸਨੂੰ ਪਸੰਦ ਨਹੀਂ ਕਰਦੀ। ਫਿਲਮ ਦੇਖਦਿਆਂ ਵੀ ਉਸਨੂੰ ਕਈ ਗੱਲਾਂ ਦੇ ਵਿੱਚ ਅਣਸੁਣਾ ਕਰਦੀ ਰਹੀ ਸੀ, ਇਗਨੋਰ ਕਰਦੀ ਰਹੀ। ਪਰ ਘਰ ਪੁੱਜ ਕੇ ਸੁਰਿੰਦਰ ਸੌਣ ਚਲੇ ਗਈ ਤਾਂ ਗੁਲਵੰਤ ਨੇ ਰਾਜੂ ਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਪੁੱਛਿਆ, ਤੂੰ ਠੀਕ ਤਾਂ ਹੈ? ਰਾਜੂ ਭੁੱਬੀ ਉੱਤਰ ਆਇਆ ਜਿਵੇਂ ਉਸਦਾ ਅੰਦਰ ਉੱਚੜ ਗਿਆ ਹੋਵੇ। ਗੁਲਵੰਤ ਉਸਨੂੰ ਗੱਲ ਦੇ ਨਾਲ ਲਾਉਂਦਾ ਬੋਲਿਆ, ਐਡੀ ਕਿਹੜੀ ਗੱਲ ਹੋ ਗਈ, ਸੁਖਬੀਰ ਮੈਨੂੰ ਲਾਇਕ ਨਹੀਂ ਕਰਦੀ। ਉਹ ਤਾਂ ਉਸ ਮੁੰਡੇ ਨੂੰ ਹੈ ਕਮਲਾ, ਤੂੰ ਕਿਹੜੀ ਦੁਨੀਆ ਦੇ ਵਿੱਚ ਤੁਰਿਆ ਫਿਰਦਾ ਹੈ? ਇਹ ਤਾਂ ਕਲਾਸ ਫੈਲੋ ਮੁੰਡੇ ਕੁੜੀਆਂ ਇੰਡੀਆ ਦੇ ਵਿੱਚ ਵੀ ਇੱਦਾਂ ਹੀ ਖੜ੍ਹ ਕੇ ਗੱਲਾਂ ਕਰ ਲੈਂਦੇ ਹੈ, ਮੈਂ ਕਰਦਾ ਰਿਹਾ। ਉਹ ਨਹੀਂ ਨਹੀਂ, ਉਹਦੇ ਨਾਲ ਹੀ ਗੱਲ ਹੈ, ਮੇਰੇ ਨਾਲ ਤਾਂ ਸਿੱਧੇ ਮੂੰਹ ਬੋਲੀ ਹੀ ਨਹੀਂ ਉਹ। ਯਾਰ ਸਟੂਪਿਡ ਨਾ ਬਣ, ਮੈਂ ਸੁਖਬੀਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਜੇ ਇੱਦਾਂ ਦੀ ਹੁੰਦੀ ਨਾ ਤਾਂ ਮੈਂ ਰਿਸ਼ਤਾ ਹੀ ਕਾਹਨੂੰ ਕਰਨਾ ਸੀ। ਉਹ ਬੇਵਕੂਫੀ ਇਹ ਕਰ ਗਈ ਕਿ ਉਸ ਮੁੰਡੇ ਦੇ ਨਾਲ ਤੈਨੂੰ ਇੰਟਰੋਡਿਊਸ ਨਹੀਂ ਕਰਾਉਂਦੀ। ਰਾਜੂ ਅੱਖਾਂ ਪੂੰਝਦਾ ਚੁੱਪ ਕਰ ਗਿਆ। ਗੁਲਵੰਤ ਨੇ ਫਿਰ ਕਿਹਾ, ਜੇ ਕੋਈ ਇੱਦਾਂ ਦੀ ਗੱਲ ਹੁੰਦੀ ਨਾ ਤਾਂ ਤੇਰੇ ਸਾਹਮਣੇ ਥੋੜ੍ਹੋ ਉਹਨੇ ਉਹਨੂੰ ਮਿਲਣਾ ਸੀ। ਯਾਰ ਇੰਗਲੈਂਡ ਹੈ, ਇਹ ਬਹੁਤ ਸਧਾਰਨ ਗੱਲ ਹੈ। ਇਸ ਮੁਲਕ ਦੇ ਵਿੱਚ ਕਿਸੇ ਕੁੜੀ ਦੇ ਨਾਲ ਗੱਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਨਾਲ ਉਹ ਖਰਾਬ ਹੈ। ਤੂੰ ਤਾਂ ਬਈ ਬਹੁਤ ਪੁਰਾਣੀ ਸੋਚ ਦਾ ਮਾਲਕ ਹੈ, ਇੱਦਾਂ ਤਾਂ ਹੁਣ ਕੋਈ ਇੰਡੀਆ ਦੇ ਵਿੱਚ ਵੀ ਨਹੀਂ ਸੋਚਦਾ ਹੋਣਾ। ਰਾਜੂ ਨੂੰ ਭਰਾ ਦੀ ਦਲੀਲ ਚੰਗੀ ਲੱਗੀ ਸੀ ਕਿ ਜੇ ਸੁਖਬੀਰ ਖਰਾਬ ਹੁੰਦੀ ਤਾਂ ਉਸਨੇ ਚੋਰੀ ਮਿਲਣਾ ਸੀ ਸਾਹਮਣੇ ਨਹੀਂ। ਉਸ ਮੁੰਡੇ ਨੂੰ ਉਹ ਮਿਲੀ ਵੀ ਇਵੇਂ ਹੀ ਸੀ ਜਿਵੇਂ ਦੇਰ ਬਾਅਦ ਦੇਖਿਆ ਹੋਵੇ। ਰਾਜੂ ਠੀਕ ਹੋ ਗਿਆ ਪਰ ਉਸਦਾ ਮਨ ਪੂਰੀ ਤਰ੍ਹਾਂ ਧੋਤਾ ਨਾ ਗਿਆ। ਉਹ ਬਹੁਤੀ ਗੱਲ ਕੀਤੇ ਬਿਨਾਂ ਹੀ ਸੌਂ ਗਿਆ। ਸਵੇਰ ਵੇਲੇ ਉੱਠ ਕੇ ਚਾਹ ਪੀਤੀ, ਬਿਨਾਂ ਹੀ ਕੰਮ ਦੇ ਉੱਤੇ ਤੁਰ ਗਿਆ ਅਤੇ ਸੁਰਿੰਦਰ ਨੂੰ ਫਿਕਰ ਹੋਣ ਲੱਗਿਆ। ਗੁਲਵੰਤ ਨੂੰ ਚਿੰਤਾ ਤਾਂ ਹੈ ਹੀ ਸੀ ਪਰ ਉਸਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਰਾਜੂ ਨਿੱਕੀ ਜਿਹੀ ਗੱਲ ਨੂੰ ਵੱਡੀ ਕਿਉਂ ਬਣਾ ਰਿਹਾ। ਦੂਜੇ ਪਾਸੇ ਉਹ ਰਾਜੂ ਨੂੰ ਬੱਚਾ ਹੀ ਸਮਝ ਰਿਹਾ ਸੀ ਪਰ ਆਪਣੀ ਔਰਤ ਉੱਪਰ ਅਧਿਕਾਰ ਦਾ ਜਜ਼ਬਾ ਉਹ ਕਿਸੇ ਵੱਡੇ ਦੇ ਨਾਲੋਂ ਵੀ ਜ਼ਿਆਦਾ ਲਈ ਫਿਰਦਾ ਸੀ। ਅਗਲੇ ਦਿਨ ਸੁਰਜਨ ਅਤੇ ਗੁਲਵੰਤ ਕੰਮ ਉੱਪਰ ਮਿਲੇ। ਸੁਰਜਨ ਸਿੰਘ ਪੁੱਛਣ ਲੱਗਿਆ, ਰਾਜੂ ਹਾਲੇ ਵੀ ਅਪਸੈੱਟ ਹੈ? ਸਾਡੀ ਜਗੀਰੂ ਸੋਚ ਇੰਨੀ ਛੇਤੀ ਸਾਡਾ ਪਿੱਛਾ ਨਹੀਂ ਛੱਡਣ ਲੱਗੀ? ਪਰ ਤੁਸੀਂ ਫਿਕਰ ਨਾ ਕਰੋ, ਮੈਂ ਸਮਝਾ ਦਿੱਤਾ ਉਹਨੂੰ ਜੀ, ਆਪਾਂ ਕਾਹਲੀ ਕਰ ਗਏ ਹਾਂ, ਦੋਨੋਂ ਹਾਲੇ ਨਿਆਣੇ ਹੈ, ਨਾ ਸਮਝ ਹੈ। ਡੈਡੀ ਹੁਣ ਤਾਂ ਗੱਲ ਦੂਰ ਨਿਕਲ ਗਈ ਹੈ, ਕਾਨੂੰਨ ਬੰਦ ਹੋਣ ਕਰਕੇ ਆਪਾਂ ਨੂੰ ਕਾਹਲੀ ਕਰਨੀ ਪਈ। ਪਰ ਤੁਸੀਂ ਫਿਕਰ ਨਾ ਕਰੋ ਕਿਉਂਕਿ ਉਹਨਾਂ ਨੇ ਮੁੰਡਾ ਬੁਲਾਉਣਾ ਸੀ, ਦੇਖਿਓ ਕਿਤੇ ਵਿੱਚੋਂ ਕੋਈ ਹੋਰ ਗੱਲ ਹੀ ਨਾ ਨਿਕਲ ਆਵੇ।
ਕਿ ਲੋਕ ਤਮਾਸ਼ਾ ਦੇਖਣ। ਤੁਸੀਂ ਵਰੀ ਨਾ ਕਰੋ ਜੀ, ਜੇ ਇੱਦਾਂ ਹੀ ਘੁੰਮਦੇ ਰਹੇ ਨਾ ਕੋਈ ਗੱਲ ਨਿਕਲੀ ਹੀ ਰਹਿਣੀ ਹੈ। ਕਿਉਂ ਨਾ ਇਹਨਾਂ ਦਾ ਵਿਆਹ ਹੀ ਕਰ ਦਿੱਤਾ ਜਾਈਏ, ਕਿਉਂ ਨਾ ਇਹਨਾਂ ਦਾ ਵਿਆਹ ਹੀ ਕਰ ਦਈਏ, ਆਪੇ ਐਡਜਸਟ ਕਰਨਗੇ। ਗੱਲ ਤਾਂ ਡੈਡੀ ਠੀਕ ਹੈ, ਇਹਨਾਂ ਦਾ ਬਹੁਤ ਇਕੱਠਾ ਘੁੰਮਣਾ ਮੈਨੂੰ ਵੀ ਚੰਗਾ ਨਹੀਂ ਲੱਗਦਾ, ਪਰ ਇੱਕ ਤਾਂ ਸਾਡੇ ਹੁਣ ਬੇਬੀ ਆਉਣ ਵਾਲਾ ਹੈ ਅਤੇ ਦੂਜੇ ਮੇਰਾ ਵੀ ਹਾਲੇ ਕੁਝ ਹੱਥ ਤੰਗ ਹੈ। ਮੈਂ ਚਾਹੁੰਦਾ ਸੀ ਕਿ ਵਿਆਹ 'ਤੇ ਤਾਏ ਜਾਂ ਭਾਪੇ ਨੂੰ ਸੱਦ ਲਿਆ ਜਾਵੇ। ਉਹਨਾਂ ਨੂੰ ਫਿਰ ਕਦੇ ਸੱਦ ਲਿਓ, ਆਪਾਂ ਸਾਦਾ ਜਿਹਾ ਵਿਆਹ ਕਰ ਲੈਂਦੇ ਹਾਂ, ਤੁਹਾਡੇ ਵਿਆਹ ਵਰਗਾ ਹੀ। ਗੁਲਵੰਤ ਨੇ ਸਾਰੀ ਗੱਲ ਸਰੂਪ ਨੂੰ ਦੱਸੀ ਤਾਂ ਗੁੱਸੇ ਦੇ ਵਿੱਚ ਭੜਕ ਉੱਠਿਆ। ਉਹ ਸੁਖਬੀਰ ਅਤੇ ਉਸਦੀ ਮਾਂ ਨੂੰ ਬੁਰਾ ਭਲਾ ਬੋਲਣ ਲੱਗਿਆ ਅਤੇ ਬੋਲਿਆ, ਇਹ ਗੱਲ ਨਹੀਂ ਬਣਨੀ ਬਈ, ਜੇ ਕੁੜੀ ਦੇ ਕੋਲ ਬੁਆਏਫਰੈਂਡ ਹੋਇਆ ਨਾ ਤਾਂ ਉਹਨੇ ਨਹੀਂ ਟਿਕਣਾ। ਭਾਅ ਜੀ, ਇਹ ਬੁਆਏਫਰੈਂਡ ਨਹੀਂ ਸੀ, ਸਧਾਰਨ ਕਲਾਸ ਫੈਲੋ ਸੀ। ਗੁਲੂ, ਤੂੰ ਬਹੁਤ ਭੋਲਾ ਹੈ, ਤੀਵੀਂ ਦੇ ਇਸ਼ਕ ਦੇ ਵਿੱਚ ਫਸ ਕੇ ਸਾਰੀ ਦੁਨੀਆ ਤੈਨੂੰ ਚੰਗੀ ਲੱਗੀ ਜਾਂਦੀ ਹੈ, ਇੱਥੋਂ ਦੀਆਂ ਕੁੜੀਆਂ ਨੂੰ ਤੂੰ ਨਹੀਂ ਜਾਣਦਾ, ਮਾਪੇ ਨੂੰ ਨਾ ਨਹੀਂ ਕਰ ਸਕਦੀਆਂ ਅਤੇ ਵਿਆਹ ਕਰਾ ਲੈਂਦੀਆਂ ਪਰ ਬਾਅਦ ਦੇ ਵਿੱਚ ਲੱਤ ਮਾਰ ਕੇ ਉਹ ਜਾਂਦੀਆਂ। ਸਰੂਪ ਭਖਿਆ ਪਿਆ ਸੀ। ਗੁਲਵੰਤ ਨੂੰ ਉਸਦੀ ਇਹ ਗੱਲ ਬਹੁਤ ਬੁਰੀ ਲੱਗੀ ਸੀ, ਪਰ ਉਹ ਕੁਝ ਕਹਿ ਨਾ ਸਕਿਆ, ਸਗੋਂ ਸਰੂਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਸਰੂਪ ਠੰਡਾ ਹੁੰਦਾ ਬੋਲਿਆ, ਸਭ ਤੋਂ ਪਹਿਲਾਂ ਵੱਡਾ ਮਸਲਾ ਤਾਂ ਮੁੰਡੇ ਦੇ ਪੱਕੇ ਹੋਣ ਦਾ, ਸਾਲ ਦੀ ਸਟੈਂਪ ਲੱਗੀ ਹੋਈ ਹੈ, ਔਖੇ ਸੌਖੇ ਸਾਲ ਕੱਢ ਲਓ, ਮੁੰਡਾ ਪੱਕਾ ਹੋ ਜਾਊ, ਫਿਰ ਦੇਖਾਂਗੇ ਕਿ ਕਿਹੜੇ ਭਾਅ ਵਿਕਦੀ ਹੈ। ਗੁਲਵੰਤ ਨੂੰ ਸਰੂਪ ਦੀ ਕੋਈ ਵੀ ਗੱਲ ਹਜ਼ਮ ਨਹੀਂ ਸੀ ਹੋ ਰਹੀ। ਉਹ ਸੋਚ ਰਿਹਾ ਸੀ ਕਿ ਸਰੂਪ ਵੀ ਰਾਜੂ ਵਾਂਗ ਕੁਝ ਜ਼ਿਆਦਾ ਹੀ ਪ੍ਰਤੀਕਰਮ ਦਿਖਾ ਰਿਹਾ। ਸੁਰਿੰਦਰ ਦੇ ਹਸਪਤਾਲ ਜਾਣ ਤੋਂ ਪਹਿਲਾਂ ਹੀ ਰਾਜੂ ਅਤੇ ਸੁਖਬੀਰ ਦਾ ਵਿਆਹ ਰੱਖ ਦਿੱਤਾ ਗਿਆ। ਸਾਦਾ ਜਿਹਾ ਵਿਆਹ, ਕੋਰਟ ਮੈਰਿਜ ਤਾਂ ਹੋ ਹੀ ਚੁੱਕੀ ਸੀ, ਬਾਰਕਿੰਗ ਦੇ ਗੁਰਦੁਆਰੇ ਲਾਵਾਂ ਹੋ ਗਈਆਂ, ਉਹੀ ਫੋਟੋਗ੍ਰਾਫਰ ਸੀ ਉੱਥੇ ਵੀ, ਉਸੇ ਰੈਸਟੋਰੈਂਟ ਦੇ ਵਿੱਚ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ, ਉਹੀ ਨੇੜੇ ਦੇ ਰਿਸ਼ਤੇਦਾਰ। ਗੁਰਜੰਟ ਅਤੇ ਬਲਜਿੰਦਰ ਗੁਰਦੁਆਰੇ ਲਾਵਾਂ ਵੇਲੇ ਆਏ ਅਤੇ ਉੱਥੋਂ ਹੀ ਮੁੜ ਗਏ। ਗੁਰਜੰਟ ਅਤੇ ਦਿਲਬਾਗ ਵਿਚਲਾ ਤਣਾਅ ਜਿਹੜਾ ਸੀ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਭਾਵੇਂ ਉਹ ਕਦੇ ਵੀ ਆਹਮੋ ਸਾਹਮਣੇ ਨਹੀਂ ਸਨ ਹੋਏ, ਪਰ ਇੱਕ ਦੂਜੇ ਦੇ ਵਿਚਾਰਾਂ ਦੀ ਧੂ ਦੋਨੋਂ ਪਾਸੇ ਹੀ ਪਹੁੰਚ ਜਾਂਦੀ ਸੀ। ਉਹਨਾਂ ਦੀਆਂ ਪਤਨੀਆਂ ਮੰਮੀ ਦੇ ਨਾਲ ਗੱਲ ਕਰਦੀਆਂ ਅਤੇ ਮੰਮੀ ਅਣਜਾਣੇ ਦੇ ਵਿੱਚ ਹੀ ਗੱਲ ਇੱਧਰੋਂ ਉੱਧਰ ਕਰ ਦਿੰਦੀ। ਗੁਰਜੰਟ ਨੇ ਦਿਲਬਾਗ ਦੇ ਨਾਲੋਂ ਵਧੀਆ ਕਾਰ ਲੈ ਲਈ ਤਾਂ ਬਲਜਿੰਦਰ ਨੇ ਮੰਮੀ ਨੂੰ ਦੱਸ ਦਿੱਤਾ ਕਿ ਕਾਰ ਖਰੀਦਦੇ ਸਮੇਂ ਗੁਰਜੰਟ ਦੇ ਮਨ ਦੇ ਵਿੱਚ ਦਿਲਬਾਗ ਦੀ ਕਾਰ ਦੇ ਨਾਲ ਮੁਕਾਬਲਾ ਸੀ। ਗੁਰਜੰਟ ਦਾ ਘਰ ਵੀ ਦਿਲਬਾਗ ਦੇ ਘਰ ਤੋਂ ਕੁਝ ਵੱਡਾ ਸੀ, ਇਹ ਗੱਲ ਵੀ ਉਹ ਅਕਸਰ ਕਰਦਾ ਰਹਿੰਦਾ। ਉਸਦਾ ਇਹ ਕਹਿਣਾ ਕਿ ਟੈਕਸੀ ਚਲਾਉਣਾ ਕੋਈ ਇੱਜ਼ਤ ਵਾਲਾ ਕੰਮ ਨਹੀਂ, ਅਤੇ ਬਲਜਿੰਦਰ ਤੋਂ ਮੰਮੀ ਅਤੇ ਮੰਮੀ ਤੋਂ ਗੁਰਿੰਦਰ ਰਾਹੀਂ ਦਿਲਬਾਗ ਤੱਕ ਪੁੱਜ ਚੁੱਕਿਆ ਸੀ। ਦਿਲਬਾਗ ਕਈ ਵਾਰ ਗੁਰਜੰਟ ਉੱਪਰ ਸਰੀਰਕ ਹਮਲਾ ਕਰਨ ਬਾਰੇ ਵੀ ਸੋਚਣ ਲੱਗਦਾ, ਇਸੇ ਕਰਕੇ ਆਪਣੇ ਨਾਲ ਕਰਦੇ ਇੱਕ ਜਮਾਇਕੇ ਦੇ ਨਾਲ ਦੋਸਤੀ ਵੀ ਗੰਢੀ, ਪਰ ਗੱਲ ਬਣੀ ਨਹੀਂ ਸੀ। ਸੁਰਜਨ ਸਿੰਘ ਨੇ ਉਹਨਾਂ ਦੋਹਾਂ ਨੂੰ ਲੈ ਕੇ ਦੁਖੀ ਹੋਣਾ ਛੱਡ ਦਿੱਤਾ ਹੋਇਆ ਸੀ। ਜੇ ਕੋਈ ਗੱਲ ਹੁੰਦੀ ਵੀ ਬਹੁਤੀ ਰੜਕਣ ਲੱਗਦੀ ਤਾਂ ਅਮਾਂਡਾ ਨੂੰ ਚਿੱਠੀ ਲਿਖ ਦਿੰਦਾ ਆਸਟ੍ਰੇਲੀਆ ਨੂੰ, ਮਨ ਹਲਕਾ ਕਰ ਲੈਂਦਾ। ਹੁਣ ਜਦ ਕਦੇ ਵੀ ਅਮਾਂਡਾ ਦਾ ਖਿਆਲ ਆਉਂਦਾ ਤਾਂ ਉਹ ਸੋਚਾਂ ਦੇ ਵਿੱਚ ਡੁੱਬ ਜਾਂਦਾ।
ਉਸ ਦਿਨ ਸੁਰਜਨ ਸਿੰਘ ਘਰ ਮੁੜਿਆ ਤਾਂ ਘਰ ਅੰਦਰੋਂ ਕੁਝ ਅਜੀਬ ਜਿਹਾ ਲੱਗਿਆ। ਉਪਰਾ ਉਪਰਾ ਜਿਹਾ, ਨਾ ਰਸੋਈ ਦੇ ਵਿੱਚੋਂ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ ਗੀਤ ਦੀ ਧੁਨ ਉੱਭਰੀ, ਨਾ ਫਰੰਟ ਰੂਮ ਦੇ ਵਿੱਚ ਟੈਲੀ ਦੀ ਆਵਾਜ਼ ਆਈ, ਨਾ ਕੋਈ ਹੋਰ ਭੱਜ ਤੋੜ ਹੋਈ। ਪ੍ਰਕਾਸ਼ ਕੌਰ ਇਕੱਠੀ ਬੈਠੀ ਸੀ, ਇਕੱਲੀ ਹੀ। ਪ੍ਰਕਾਸ਼ ਕੌਰ ਇਕੱਲੀ ਬੈਠੀ ਸੀ। ਉਸਨੇ ਪਤੀ ਨੂੰ ਦੇਖਦਿਆਂ ਹੀ ਅੱਖਾਂ ਭਰ ਲਈਆਂ ਅਤੇ ਬੋਲੀ, ਰੂਪੀ ਹੋਰੀ ਆਪਣੇ ਨਵੇਂ ਘਰ ਚਲੇ ਗਏ, ਘਰ ਦੇ ਵਿੱਚ ਸੁੰਨ ਪੈ ਗਈ। ਵੀਰਾ ਵਿਆਹੀ ਗਈ ਅਤੇ ਰਣਜੀਤ ਆਪਣੇ ਕਮਰੇ ਦੇ ਵਿੱਚ ਵੜੀ ਪੜੀ ਪੜੀ ਜਾਂਦੀ ਹੈ। ਮੇਰਾ ਤਾਂ ਟੈਲੀ ਲਾਉਣ ਨੂੰ ਵੀ ਦਿਲ ਨਹੀਂ ਕੀਤਾ। ਸੁਰਜਨ ਨੂੰ ਚੇਤਾ ਭੁੱਲ ਗਿਆ ਸੀ ਕਿ ਗੁਰਿੰਦਰ ਨੇ ਬੱਚੇ ਲੈ ਕੇ ਅੱਜ ਆਪਣੇ ਨਵੇਂ ਘਰ ਚਲੇ ਜਾਣਾ ਸੀ। ਦਿਲਬਾਗ ਨੇ ਘਰ ਬਦਲ ਲਿਆ ਸੀ। ਗੁਰਜੰਟ ਦੇ ਵੱਡੇ ਘਰ ਦਾ ਨਾਲ ਮੁਕਾਬਲਾ ਕਰਨ ਦੇ ਲਈ ਉਸਨੇ ਇਲਾਕਾ ਹੀ ਬਦਲ ਲਿਆ। ਸੁਰਜਨ ਸਿੰਘ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ, ਪਰ ਉਹ ਕਰ ਕੁਝ ਨਹੀਂ ਸੀ ਸਕਦਾ। ਉਸਨੇ ਪ੍ਰਕਾਸ਼ ਕੌਰ ਦਾ ਦਿਲ ਰੱਖਦਿਆਂ ਕਿਹਾ, ਉੱਧਰ ਨਾ ਬੁੜੀਏ, ਉੱਧਰ, ਇਹ ਤਾਂ ਇੱਕ ਦਿਨ ਹੋਣਾ ਹੀ ਸੀ ਨਾ, ਇੱਕ ਦਿਨ ਤਾਂ ਅਸੀਂ ਇਕੱਲੇ ਹੋਣਾ ਹੀ ਹੈ। ਫਿਰ ਵੀ ਰਾਣੀ ਸਾਡੇ ਕੋਲ ਹੈਗੀ ਹੈ, ਇਹਦਾ ਵਿਆਹ ਹਾਲੇ 10 ਸਾਲਾਂ ਨਹੀਂ ਕਰਨਾ ਆਪਾਂ। ਮੈਨੂੰ ਤਾਂ ਨਿਆਣਿਆਂ ਦੇ ਜਾਣ ਦਾ ਜ਼ਿਆਦਾ ਦੁੱਖ ਹੈ, ਕੋਲ ਹੁੰਦੇ ਤਾਂ ਕਿੰਨੀ ਰੌਣਕ ਰਹਿੰਦੀ ਸੀ, ਹਰ ਵੇਲੇ ਬੋਲ ਬੁਲਾਰਾ ਰਹਿੰਦਾ ਸੀ ਘਰੇ। ਕਮਲੇ ਬਾਗੇ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਮੈਂ ਇੰਨੀ ਦੂਰ ਰੂਪੀ ਨੂੰ ਦੇਖਣ ਕਿੱਦਾਂ ਜਾਇਆ ਕਰੂੰ। ਚੱਲ, ਉਹਨੇ ਵੱਡੇ ਘਰ ਦਾ ਚਾਅ ਪੂਰਾ ਕਰ ਲਿਆ, ਨਾਲੇ ਸ਼ੁਕਰ ਕਰ ਅਸੀਂ ਉਹਨਾਂ ਦੇ ਬਿੱਲ ਕਿਸ਼ਤਾਂ ਦੇਣ ਤੋਂ ਛੁੱਟ ਗਏ। ਦੂਰ ਹੋਣਗੇ ਤਾਂ ਆਪੇ ਆਪਣਾ ਫਿਕਰ ਕਰਨਗੇ, ਪੈਰਾਂ 'ਤੇ ਖੜੋਣਗੇ। ਅੱਗੇ ਤਾਂ ਉਹਨਾਂ ਦੇ ਬਿੱਲ ਕਿਸ਼ਤਾਂ ਤੂੰ ਹੀ ਦਿੰਦਾ ਸੀ ਨਾ, 50 ਵਾਰੀ ਦਿੱਤੇ ਹੈ, ਚੇਤਾ ਭੁੱਲ ਗਿਆ? ਰਹਿਣ ਦਿਆ ਕਰੋ, ਤੁਸੀਂ ਐਵੇਂ ਬਾਗੇ ਨੂੰ ਮਾੜਾ ਬਣਾਉਂਦੇ ਰਹਿੰਦੇ ਹੋ। ਪ੍ਰਕਾਸ਼ ਕੌਰ ਦਿਲਬਾਗ ਦਾ ਪੱਖ ਲੈਂਦੀ ਉੱਠੀ ਅਤੇ ਰੋਟੀ ਲੈ ਆਈ। ਸੁਰਜਨ ਸਿੰਘ ਦੀ ਚੁੱਪ ਤੋਂ ਉਹ ਸਮਝ ਰਹੀ ਸੀ ਕਿ ਦਿਲਬਾਗ ਦੇ ਇੱਥੋਂ ਹੋਰ ਇਲਾਕੇ ਦੇ ਵਿੱਚ ਚਲੇ ਜਾਣ ਕਰਕੇ ਪਤੀ ਵੀ ਉਦਾਸ ਹੈ। ਸੁਰਜਨ ਸੋਚਦਾ ਸੀ ਕਿ ਦਿਲਬਾਗ ਨੂੰ ਨਵਾਂ ਘਰ ਲੈਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਉਹਨਾਂ ਦੇ ਨੇੜੇ ਰਹਿਣ ਕਰਕੇ ਉਹਨਾਂ ਦੇ ਬੱਚੇ ਵੀ ਸੌਖੇ ਪਲ ਜਾਣੇ ਸਨ। ਪਤੀ ਪਤਨੀ ਕੁਝ ਦੇਰ ਬੈਠੇ ਰਹੇ। ਸੁਰਜਨ ਜਲਦੀ ਉੱਠ ਕੇ ਸੌਣ ਕਮਰੇ ਦੇ ਵਿੱਚ ਚਲਿਆ ਗਿਆ। ਉਸਨੇ ਹਲਕੀ ਆਵਾਜ਼ ਦੇ ਵਿੱਚ ਰੇਡੀਓ ਲਗਾਇਆ ਅਤੇ ਟੇਬਲ ਲੈਂਪ ਜਗਾ ਕੇ ਸ਼ੈਲਫ ਤੋਂ ਇੱਕ ਕਿਤਾਬ ਚੁੱਕ ਲਈ। ਇਹ ਆਸਟ੍ਰੇਲੀਆ ਦੇ ਵਿੱਚ ਵਸਣ ਦੇ ਇਤਿਹਾਸ ਬਾਰੇ ਕਿਤਾਬ ਸੀ। ਅਮਾਂਡਾ ਨੇ ਪਹਿਲੀਆਂ ਮੁਲਾਕਾਤਾਂ ਦੇ ਵਿੱਚ ਇਹ ਕਿਤਾਬ ਉਸਨੂੰ ਭੇਂਟ ਕੀਤੀ ਸੀ। ਉਸ ਉੱਪਰ ਅਮਾਂਡਾ ਦੇ ਦਸਤਖਤ ਵੀ ਸਨ। ਉਹ ਕਿਤਾਬ ਦਾ ਪਹਿਲਾ ਸਫ਼ਾ ਖੋਲ੍ਹ ਕੇ ਅਮਾਂਡਾ ਦੇ ਦਸਤਖਤ ਉੱਪਰ ਉਂਗਲਾਂ ਫੇਰਨ ਲੱਗਿਆ। ਹੁਣ ਤੱਕ ਪ੍ਰਕਾਸ਼ ਕੌਰ ਵੀ ਰਣਜੀਤ ਨੂੰ ਰੋਟੀ ਖਵਾ ਕੇ ਆ ਗਈ। ਉਸਨੇ ਪਤੀ ਦਾ ਰੁੱਖ ਦੇਖਿਆ ਅਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਪੈ ਗਈ। ਸੁਰਜਨ ਸਿੰਘ ਨੇ ਕਿਤਾਬ ਇੱਕ ਪਾਸੇ ਰੱਖੀ ਅਤੇ ਅਮਾਂਡਾ ਨੂੰ ਚਿੱਠੀ ਲਿਖਣ ਬਹਿ ਗਿਆ। ਅਜਿਹੀ ਚਿੱਠੀ ਲਿਖਣ ਲੱਗਿਆ ਕਿ ਪਤਾ ਨਹੀਂ ਲੱਗਿਆ, ਚੱਲਿਆ ਹੀ ਨਹੀਂ ਕਿ ਕਦ 10 ਸਫ਼ੇ ਲਿਖੇ ਵੀ ਗਏ ਅਤੇ ਗੱਲ ਜਿਵੇਂ ਹਾਲੇ ਉਸਨੇ ਕੋਈ ਵੀ ਨਾ ਕਹੀ ਹੋਵੇ। ਲੰਮੀਆਂ ਲੰਮੀਆਂ ਚਿੱਠੀਆਂ ਤਾਂ ਉਹ ਅਕਸਰ ਲਿਖਦਾ ਹੀ ਰਹਿੰਦਾ ਸੀ, ਪਰ ਕਈ ਕਈ ਬੈਠਕਾਂ ਦੇ ਵਿੱਚ ਲਿਖਦਾ। ਅਮਾਂਡਾ ਦੀਆਂ ਚਿੱਠੀਆਂ ਵੀ ਲੰਮੀਆਂ ਹੁੰਦੀਆਂ। ਸਭ ਤੋਂ ਲੰਮੀ ਚਿੱਠੀ ਅਮਾਂਡਾ ਨੇ ਪਿਛਲੇ ਸਾਲ ਲਿਖੀ ਸੀ, ਜਦ ਉਸ ਦੇ ਮਨ ਪਸੰਦ ਗਾਇਕ ਐਲਵਿਸ ਪ੍ਰੈਜ਼ਲੇ ਦੀ ਮੌਤ ਹੋ ਗਈ ਸੀ। ਐਲਵਿਸ ਸੁਰਜਨ ਦਾ ਵੀ ਚਹੇਤਾ ਗਾਇਕ ਸੀ। ਜਦ ਅਮਾਂਡਾ ਦੀ ਆਪਣੇ ਪਤੀ ਜੌਰਜ ਦੇ ਨਾਲ
ਖੱਟ ਪੱਟ ਚੱਲ ਰਹੀ ਸੀ ਤਾਂ ਉਸ ਵਕਤ ਵੀ ਉਸ ਦੀਆਂ ਚਿੱਠੀਆਂ ਲੰਮੀਆਂ ਹੁੰਦੀਆਂ ਸਨ। ਉਦੋਂ ਵੀ ਜਦ ਉਸਨੂੰ ਕੁਝ ਦੇਰ ਦੇ ਲਈ ਨਵਾਂ ਬੁਆਏਫ੍ਰੈਂਡ ਮਿਲਿਆ ਸੀ, ਚਿੱਠੀ ਲਿਖ ਕੇ ਉਸਦਾ ਮਨ ਹਲਕਾ ਹੋ ਗਿਆ। ਪੂਰੇ 20 ਸਫ਼ੇ ਹੋ ਗਏ ਸਨ ਚਿੱਠੀ ਦੇ। ਉਸਦਾ ਦਿਲ ਕੀਤਾ ਕਿ ਇੱਕ ਵਾਰ ਚਿੱਠੀ ਨੂੰ ਪੜ੍ਹ ਕੇ ਦੇਖੇ ਤਾਂ ਸਹੀ ਕਿ ਉਸਨੇ ਕੀ ਲਿਖ ਮਾਰਿਆ, ਪਰ ਉਸਨੇ ਚਿੱਠੀ ਨਾ ਪੜ੍ਹੀ। ਸਿਰਫ ਸਫ਼ਿਆਂ ਨੂੰ ਇੱਕ ਟੱਕ ਦੇਖਦਾ ਰਿਹਾ ਅਤੇ ਸੋਚਦਾ ਰਿਹਾ ਕਿ ਕੀ ਲਿਖਿਆ ਹੈ ਉਸਨੇ ਇਸ ਦੇ ਵਿੱਚ। ਅਸੀਂ ਲੋਕ ਰਿਸ਼ਤਿਆਂ ਦੇ ਵਿੱਚ ਕਿਵੇਂ ਬੱਝ ਜਾਂਦੇ ਹਾਂ। ਭਾਰਤੀ ਲੋਕ ਰਿਸ਼ਤਿਆਂ ਦੇ ਵਿੱਚ ਬੱਝਦੇ ਹੀ ਨਹੀਂ ਬਲਕਿ ਗ੍ਰਸੇ ਜਾਂਦੇ ਨੇ। ਕਈ ਰਿਸ਼ਤੇ ਬੋਝ ਹੁੰਦੀਆਂ ਵੀ ਢੋਣੇ ਪੈਂਦੇ ਨੇ। ਚਾਹੁੰਦੇ ਹੋਏ ਵੀ ਇਹਨਾਂ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਕਈਆਂ ਰਿਸ਼ਤਿਆਂ ਦੇ ਰਾਹੀਂ ਅਸੀਂ ਇੱਕ ਦੂਜੇ ਦੇ ਉੱਤੇ ਇੰਨਾ ਨਿਰਭਰ ਕਰਨ ਲੱਗਦੇ ਹਾਂ ਕਿ ਕਮਜ਼ੋਰ ਹੋ ਜਾਂਦੇ ਹਾਂ। ਉਹ ਸੋਚਣ ਲੱਗਿਆ ਕਿ ਰਿਸ਼ਤਿਆਂ ਦੇ ਦੁਆਲੇ ਹੀ ਇੰਨਾ ਕਿਉਂ ਘੁੰਮਦਾ ਰਿਹਾ। ਉਸਦੇ ਅੰਦਰਲਾ ਖਲਾਅ ਤਾਂ ਸ਼ਾਇਦ ਕੋਈ ਹੋਰ ਹੈ। ਅੱਜ ਦੀ ਨਿੱਕੀ ਜਿਹੀ ਉਦਾਸੀ ਐਡੀ ਵੱਡੀ ਨਹੀਂ ਸੀ ਕਿ ਉਸਦੇ ਮਿਜ਼ਾਜ ਨੂੰ ਇਵੇਂ ਕਾਬੂ ਕਰ ਲੈਂਦੀ। ਉਹ ਇਕੱਲਾ ਜ਼ਰੂਰ ਮਹਿਸੂਸ ਕਰ ਰਿਹਾ ਸੀ। ਇਕੱਲਾ ਤਾਂ ਉਹ ਬਹੁਤ ਵਾਰ ਪੈਣ ਲੱਗਦਾ ਸੀ, ਪਰ ਇਕੱਲ ਨੇ ਉਸਨੂੰ ਕਦੇ ਇੰਨਾ ਉਦਾਸ ਨਹੀਂ ਸੀ ਕੀਤਾ। ਉਸਨੂੰ ਲੱਗਣ ਲੱਗਿਆ ਕਿ ਛੋਟੀਆਂ ਛੋਟੀਆਂ ਉਦਾਸੀਆਂ ਅੱਜ ਇਕੱਠੀਆਂ ਹੋ ਗਈਆਂ, ਜਿਵੇਂ ਛੋਟੀਆਂ ਛੋਟੀਆਂ ਸੀਰਾਂ ਖਾਲ ਬਣਦੀਆਂ ਨੇ ਅਤੇ ਖਾਲਾਂ ਅੱਗੇ ਨਦੀ। ਉਸਨੂੰ ਇਹੋ ਹੀ ਤਸੱਲੀ ਬਹੁਤ ਸੀ ਕਿ ਚਿੱਠੀ ਨੇ ਉਸਨੂੰ ਤਰੋ ਤਾਜ਼ਾ ਕਰ ਦਿੱਤਾ ਸੀ। ਪ੍ਰਕਾਸ਼ ਕੌਰ ਸਮਝਦੀ ਸੀ ਕਿ ਪਤੀ ਚਿੱਠੀ ਲਿਖ ਰਿਹਾ। ਉਹ ਆਪਣੇ ਥਾਂ ਬਿਫਰੀ ਪਈ ਸੀ ਅਤੇ ਉਹ ਜਾਣ ਬੁੱਝ ਕੇ ਬਿਸਤਰਾ ਹਿਲਾਉਣ ਦੇ ਲਈ ਪਾਸੇ ਬਦਲ ਰਹੀ ਸੀ। ਦੋ ਵਾਰ ਉੱਠ ਕੇ ਬਾਥਰੂਮ ਵੀ ਗਈ, ਫਿਰ ਔਖੀ ਹੁੰਦੀ ਬੋਲੀ ਵੀ, ਲੈਟ ਬੰਦ ਕਰੋ, 100 ਲੈਣ ਦਿਆ ਕਰੋ ਕਿਸੇ ਨੂੰ, ਇਹਨਾਂ ਨੂੰ ਨਵੀਂ ਜਵਾਨੀ ਚੜ੍ਹੀ ਹੈ। ਦਿਲਬਾਗ ਬਰਕਲੇ ਰੋਡ ਤੋਂ ਇਲਫੋਰਡ ਲੇਨ 'ਤੇ ਆ ਗਿਆ। ਲੇਟਨ ਸਟੋਨ ਅਤੇ ਇਲਫੋਰਡ ਦਾ 4-5 ਮੀਲ ਦਾ ਫਰਕ ਸੀ। ਇਹ ਨਵਾਂ ਘਰ ਸੀ ਅਤੇ ਨਵਾਂ ਇਲਾਕਾ। ਘਰ ਬਦਲਣ ਦੇ ਕਰਕੇ ਡਾਕਟਰ ਵੀ ਬਦਲਣਾ ਪਿਆ ਅਤੇ ਬੱਚਿਆਂ ਦਾ ਸਕੂਲ ਵੀ। ਘਰ ਬਦਲਣ ਦਾ ਕੰਮ ਵੀ ਬਹੁਤ ਔਖਾ ਸੀ, ਪਰ ਦਿਲਬਾਗ ਬਹੁਤ ਖੁਸ਼ ਸੀ। ਘਰ ਖੁੱਲ੍ਹਾ ਸੀ, ਵੱਡਾ ਸਾਰਾ ਗਾਰਡਨ ਅਤੇ ਸ਼ਾਂਤ ਜਿਹੀ ਸੜਕ। ਬੱਚੇ ਵੀ ਖੁਸ਼ ਸਨ ਅਤੇ ਗੁਰਿੰਦਰ ਨੂੰ ਮੰਮੀ ਡੈਡੀ ਦੇ ਕੋਲੋਂ ਦੂਰ ਜਾਣ ਦਾ ਦੁੱਖ ਵੀ ਸੀ। ਦਿਲਬਾਗ ਦੀ ਵੱਡੀ ਤਸੱਲੀ ਸੀ ਕਿ ਇਹ ਘਰ ਗੁਰਜੰਟ ਦੇ ਘਰ ਤੋਂ ਕਿਤੇ ਵੱਡਾ ਅਤੇ ਵਧੀਆ। ਗੁਰਜੰਟ ਦੇ ਹੀ ਨਹੀਂ, ਗੁਲਵੰਤ ਅਤੇ ਉਸਦੇ ਤਾਏ ਦੇ ਮੁੰਡਿਆਂ ਦੇ ਘਰਾਂ ਤੋਂ ਵੀ ਇਹ ਘਰ ਸੋਹਣਾ ਸੀ। ਇਸ ਇਲਾਕੇ ਦੇ ਵਿੱਚ ਨਵੇਂ ਡਿਜ਼ਾਈਨ ਦੇ ਘਰ ਬਣੇ ਸਨ। ਘਰਾਂ ਦੀਆਂ ਕੀਮਤਾਂ ਹੁਣ ਹੋਰ ਉੱਪਰ ਚਲੇ ਗਈਆਂ। ਕੀਮਤਾਂ ਵਧਣ ਦੇ ਕਾਰਨ ਇਨਫਲੇਸ਼ਨ ਵੱਧ ਗਈ ਅਤੇ ਤਨਖਾਹਾਂ ਵੀ। ਇਸ ਦੇ ਕਰਕੇ ਹੀ ਹੁਣ ਮੋਰਟਗੇਜ ਦੀ ਵੀ ਸੌਖੀ ਅਤੇ ਜ਼ਿਆਦਾ ਮਿਲਣ ਲੱਗ ਪਈ। ਯਾਨੀ ਕਿ ਲੋਨ ਜਿਹੜਾ ਸੀ ਉਸਦਾ ਪਹਿਲਾ ਘਰ 20,000 ਪੌਂਡ ਦਾ ਵਿਕਿਆ ਅਤੇ ਇਹ 35 ਦਾ ਮਿਲ ਗਿਆ। ਦੋਨਾਂ ਘਰਾਂ ਦੀ ਕੀਮਤ ਦਾ ਜਿੰਨਾ ਫਰਕ ਸੀ ਉਸਨੇ ਓਨੀ ਹੀ ਜਿਹੜਾ ਹੋਰ ਲੋਨ ਵਧਾ ਲਈ। ਇਵੇਂ ਪੱਲਿਓਂ ਕੋਈ ਪੈਸਾ ਨਹੀਂ ਸੀ ਪਾਉਣਾ ਪਿਆਜ਼ ਨੂੰ ਉਹਨੂੰ। ਹਾਂ, ਹੁਣ ਮਹੀਨੇ ਦੀ ਕਿਸ਼ਤ ਵੱਡੀ ਹੋ ਗਈ ਸੀ ਜ਼ਰੂਰ। ਹੁਣ ਮਹੀਨੇ ਦੇ 200 ਪੌਂਡ ਦੇਣੇ ਪੈਂਦੇ ਅਤੇ ਇਹ ਮੁਸ਼ਕਲ ਤਾਂ ਸੀ ਹੀ, ਪਰ ਉਹ ਹੁਣ ਟੈਕਸੀ ਜ਼ਿਆਦਾ ਘੰਟੇ ਚਲਾ ਲੈਂਦਾ। ਗੁਰਿੰਦਰ ਨੂੰ ਵੀ ਘਰ ਦੇ ਨੇੜੇ ਪਾਰਟ ਟਾਈਮ ਜਿਹੜਾ ਕੰਮ ਮਿਲ ਗਿਆ। ਸੁਰਜਨ ਸਿੰਘ ਇੱਕ ਗੱਲੋਂ ਖੁਸ਼ ਵੀ ਸੀ ਕਿ ਹੁਣ ਦਿਲਬਾਗ ਟਿਕ ਕੇ ਕੰਮ ਕਰਨ ਲੱਗ ਗਿਆ। ਦਿਲਬਾਗ ਪਹਿਲਾਂ ਨਾਲੋਂ ਕੁਝ ਟਿਕ ਕੇ ਕੰਮ ਜ਼ਰੂਰ ਕਰਨ ਲੱਗਿਆ ਸੀ।
ਪਰ ਉਸਦੀ ਆਈ ਚਲਾਈ ਹੀ ਮਸਾਂ ਚੱਲਦੀ। ਦੋਸਤਾਂ ਨੂੰ ਮਿਲ ਗਏ, ਮਿਲ ਕੇ ਹਾਲੇ ਵੀ ਉਸਨੂੰ ਚਾਅ ਚੜ੍ਹ ਜਾਂਦਾ। ਸਿਟੀ ਵੱਲ, ਜਿਹੜਾ ਸ਼ਹਿਰ ਵੱਲ, ਸਿਟੀ ਵੱਲ ਗਿਆ ਹੁੰਦਾ ਤਾਂ ਅਵਤਾਰ ਦੇ ਕੋਲ ਆਲਡ ਗੇਟ ਚਲਿਆ ਜਾਂਦਾ, ਕਈ ਵਾਰ ਸਰੂਪ ਦੇ ਕੋਲ ਐਕਟਨ ਜਾ ਕੇ ਬੀਅਰ ਪੀ ਆਉਂਦਾ, ਏਅਰਪੋਰਟ ਦੀ ਸਵਾਰੀ ਮਿਲੀ ਹੁੰਦੀ ਤਾਂ ਰਾਜੂ ਨੂੰ ਮਿਲਣ ਚਲਿਆ ਜਾਂਦਾ। ਗੁਲਵੰਤ ਤਾਂ ਕਦੇ ਮਿਲਦਾ ਹੀ ਨਹੀਂ ਸੀ, ਉਹ ਬਹੁਤਾ ਸਮਾਂ ਰੋਇਲ ਡੀਨ ਦੇ ਵਿੱਚ ਓਵਰ ਟਾਈਮ ਹੀ ਕਰਦਾ ਰਹਿੰਦਾ। ਦਿਲਬਾਗ ਰਾਜੂ ਨੂੰ ਪੱਬ ਦੇ ਵਿੱਚ ਲੈ ਜਾਂਦਾ, ਉਹ ਸਨੂਕਰ ਖੇਡਣ ਲੱਗਦੇ। ਕਦੇ ਕੋਈ ਗੋਰੀ ਇਕੱਲੀ ਬੈਠੀ ਹੁੰਦੀ ਤਾਂ ਦਿਲਬਾਗ ਉਹਦੇ ਨਾਲ ਗੱਲੀ ਜਾਣ ਲੱਗਦਾ, ਕਦੇ ਬੀਅਰ ਭਰ ਰਹੀ ਬਾਰ ਲੇਡੀ ਨੂੰ ਛੇੜਨ ਲੱਗ ਜਾਂਦਾ, ਰਾਜੂ ਨੂੰ ਵੀ ਅਜਿਹਾ ਕਰਨ ਦੇ ਲਈ ਉਕਸਾਉਂਦਾ। ਕੋਈ ਕੁੜੀ ਦੇਖ ਕੇ ਰਾਜੂ ਨੂੰ ਕਹਿੰਦਾ, ਜਾ ਓਏ ਟਰਾਈ ਕਰ, ਇੰਨਾ ਸੋਹਣਾ ਮੁੰਡਾ ਹੈ, ਕੁੜੀਆਂ ਨੇ ਤਾਂ ਤੇਰੇ 'ਤੇ ਮਰਨਾ ਹੀ ਹੋਇਆ ਨਾ। ਕਈ ਵਾਰ ਉਹ ਰਾਜੂ ਨੂੰ ਆਖਣ ਲੱਗਦਾ, ਤੇਰੇ ਵੱਡੇ ਭਾਈ ਨੇ ਸਾਰੀਆਂ ਔਰਤਾਂ ਦੇ ਦਿਮਾਗ ਖਰਾਬ ਕਰਤੇ। ਸੁਰਿੰਦਰ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਕਿ ਬਾਕੀ ਦੀਆਂ ਵੀ ਰੱਸੇ ਤੁੜਵਾਉਂਦੀਆਂ। ਰਾਜੂ ਉਸਦੀਆਂ ਗੱਲਾਂ ਦਾ ਬਹੁਤ ਜਵਾਬ ਨਾ ਦਿੰਦਾ, ਚੁੱਪ ਰਹਿੰਦਾ, ਬਸ ਹੱਸਦਾ ਰਹਿੰਦਾ ਮੂਹਰਿਓਂ। ਪਰ ਉਸਨੂੰ ਦਿਲਬਾਗ ਦੀ ਗੱਲ ਸਹੀ ਜਾਪਦੀ। ਉਹ ਅਕਸਰ ਸੋਚਦਾ ਕਿ ਕਹਿ ਪਤਨੀ ਦਾ ਪੱਬ ਦੇ ਵਿੱਚ ਜਾਣਾ, ਬਿਨਾਂ ਮਤਲਬ ਤੋਂ ਘਰ ਵਾਲੀ ਨੂੰ ਕਾਰ ਦੇ ਵਿੱਚ ਬਿਠਾਈ ਫਿਰੋ, ਐਵੇਂ ਹੀ ਉਹਦੀਆਂ ਤਾਰੀਫਾਂ ਕਰੀ ਜਾਓ। ਬਾਹਰ ਜਾਓ ਤਾਂ ਸੁਰਿੰਦਰ ਅਕਸਰ ਕਾਰ ਚਲਾ ਰਹੀ ਹੁੰਦੀ ਅਤੇ ਗੁਲਵੰਤ ਮੂਹਰਾ ਜਿਹਾ ਬਣਿਆ ਉਸਦੇ ਨਾਲ ਬੈਠਾ ਹੁੰਦਾ। ਉਹ ਸੋਚਦਾ ਕਿ ਆਦਮੀ ਦੇ ਹੁੰਦੇ ਹੋਏ ਔਰਤ ਕਿਵੇਂ ਕਾਰ ਚਲਾ ਸਕਦੀ ਹੈ ਯਾਰ, ਇੰਨਾ ਗੁਣੀ ਗੁਲਵੰਤ ਘਰਵਾਲੀ ਦੇ ਇੰਨਾ ਥੱਲੇ ਕਿਉਂ ਲੱਗਿਆ ਹੋਇਆ। ਉਸਨੂੰ ਗੁਲਵੰਤ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਗਲਤ ਲੱਗਦੀਆਂ, ਪਰ ਵੱਡਾ ਭਰਾ ਹੋਣ ਕਰਕੇ ਉਹ ਕੁਝ ਨਾ ਕਹਿ ਸਕਦਾ। ਉਹ ਹਰ ਵੇਲੇ ਸੁਖਬੀਰ ਨੂੰ ਵੀ ਕਾਰ ਸਿੱਖਣ ਦੇ ਲਈ ਉਤਸ਼ਾਹਤ ਦਿੰਦਾ ਰਹਿੰਦਾ ਅਤੇ ਸੁਰਿੰਦਰ ਮਹੀਨੇ ਦੇ ਬਾਅਦ ਹੀ ਹੇਅਰ ਸਟਾਈਲ ਬਦਲ ਲੈਂਦੀ। ਸੁਖਬੀਰ ਵੀ ਬਾਲ ਕਟਾਉਣ ਦੇ ਲਈ ਕਹਿਣ ਲੱਗੀ ਸੀ, ਪਰ ਉਸਨੇ ਸਾਫ਼ ਨਾ ਕਰ ਦਿੱਤੀ ਸੀ। ਰਾਜੂ ਆਪ ਖੂਬ ਘੁੰਮਦਾ, ਫੈਕਟਰੀ ਦੇ ਵਿੱਚ ਕੰਮ ਕਰਦੇ ਹੋਏ ਬਹੁਤ ਸਾਰੇ ਮੁੰਡੇ ਉਸਦੇ ਦੋਸਤ ਬਣ ਚੁੱਕੇ ਸੀ, ਬਹੁਤੇ ਤਾਂ ਉਸ ਵਾਂਗ ਹੀ ਵਿਆਹ ਦੇ ਲਈ ਆਏ ਹੋਏ ਸਨ। ਹਰੇਕ ਵੀਕਐਂਡ ਦੇ ਉੱਤੇ ਦੋਸਤਾਂ ਦੇ ਨਾਲ ਬਾਹਰ ਜਾਣ ਦਾ ਉਸਦਾ ਪ੍ਰੋਗਰਾਮ ਬਣਿਆ ਹੀ ਰਹਿੰਦਾ। ਕਾਰਾਂ ਦਾ ਉਸਨੂੰ ਬਹੁਤ ਸ਼ੌਂਕ ਸੀ, ਖਾਸ ਤੌਰ ਦੇ ਉੱਤੇ ਕਾਰਾਂ ਦੀ ਮਕੈਨਿਕੀ ਦਾ, ਡਰਾਈਵਿੰਗ ਟੈਸਟ ਦਾ ਉਹ ਪਹਿਲੀ ਵਾਰ ਹੀ ਪਾਸ ਕਰ ਗਿਆ ਸੀ। ਉਹਨਾਂ ਦੇ ਕੋਲ ਫੋਰਡ ਦੀ ਕੋਰਟੀਨਾ ਕਾਰ ਸੀ, ਉਸਨੇ ਕੋਰਟੀਨਾ ਦੇ ਨਾਲ ਸੰਬੰਧ ਵੱਡੀ ਸਾਰੀ ਕਿਤਾਬ ਖਰੀਦੀ ਅਤੇ ਜਦ ਵੀ ਵਿਹਲ ਮਿਲਦਾ ਉਹ ਕਾਰ ਦਾ ਬੋਨਟ ਖੋਲ੍ਹ ਕੇ ਬੈਠ ਜਾਂਦਾ। ਕਿਸੇ ਦੋਸਤ ਦੀ ਕਾਰ ਦੇ ਵਿੱਚ ਪਿਆ ਛੋਟਾ ਮੋਟਾ ਨੁਕਸ ਵੀ ਉਹ ਠੀਕ ਕਰਨ ਲੱਗ ਜਾਂਦਾ। ਕਾਰ ਦੀਆਂ ਬ੍ਰੇਕਾਂ, ਪਲੱਗ ਪੁਆਇੰਟ ਤਾਂ ਹੋਰ ਉਸਦੇ ਲਈ ਮਾਮੂਲੀ ਜਿਹੀ ਚੀਜ਼ਾਂ ਬਣ ਗਈਆਂ ਸਨ, ਕਾਰ ਦੀ ਪੂਰੀ ਸਰਵਿਸ ਵੀ ਆਪ ਹੀ ਕਰਨ ਲੱਗ ਪਿਆ ਸੀ। ਸੁਖਬੀਰ ਨੂੰ ਉਸੇ ਫੈਕਟਰੀ ਜੇ ਲਾਈਨਸ ਦੇ ਵਿੱਚ ਕੰਮ ਮਿਲ ਗਿਆ ਜਿੱਥੋਂ ਸੁਰਿੰਦਰ ਨੇ ਛੱਡਿਆ ਸੀ। ਰਾਜੂ ਸੁਖਬੀਰ ਦੇ ਕੰਮ ਕਰਨ ਤੋਂ ਖੁਸ਼ ਨਹੀਂ ਸੀ, ਪਰ ਗੁਲਵੰਤ ਦੀ ਗੱਲ ਨੂੰ ਉਲੱਦ ਵੀ ਨਹੀਂ ਸੀ ਨਾ ਸਕਦਾ। ਉਸਨੂੰ ਇਹ ਵੀ ਪਤਾ ਸੀ ਕਿ ਘਰਾਂ ਦੇ ਖਰਚੇ ਬਹੁਤ ਨੇ, ਬਿੱਲ ਕਿਸ਼ਤਾਂ ਹੀ ਪੇਸ਼ ਨਹੀਂ ਸਨ ਜਾਣ ਦਿੰਦੀਆਂ। ਪਿੱਛੇ ਜਿਹੇ ਹੀ ਉਹਨਾਂ ਨੇ ਇੰਡੀਆ ਨੂੰ ਵੀ ਪੈਸੇ ਭੇਜੇ। ਸੁਖਬੀਰ ਜਦ ਵੀ ਮੰਮੀ ਨੂੰ ਮਿਲਦੀ ਤਾਂ ਰਾਜੂ ਦੀਆਂ ਸ਼ਿਕਾਇਤਾਂ ਲੈ ਕੇ ਬੈਠ ਜਾਂਦੀ। ਗੁਲਵੰਤ ਵਾਲਾ ਉਸਦੇ ਵਿੱਚ ਇੱਕ ਵੀ ਗੁਣ ਨਹੀਂ ਸੀ। ਪ੍ਰਕਾਸ਼ ਕੌਰ ਅੱਗੋਂ ਬੋਲਦੀ, ਚੱਲ ਵੀਰਾਂ ਕੋਈ ਨਹੀਂ ਆਪੇ ਠੀਕ ਹੋ ਜਾਓ, ਨਿਆਣਾ ਹੱਲਿਓ।
ਸੁਰਿੰਦਰ ਵੀ ਰਾਜੂ ਦੇ ਸੁਖਬੀਰ ਪ੍ਰਤੀ ਵਤੀਰੇ ਤੋਂ ਬਹੁਤ ਦੁਖੀ ਸੀ। ਹਰ ਸ਼ਾਮ ਉਸਦੇ ਕੋਲ ਗੁਲਵੰਤ ਦੇ ਕੋਲ ਲਗਾਉਣ ਦੇ ਲਈ ਕੋਈ ਨਾ ਕੋਈ ਸ਼ਿਕਾਇਤ ਜ਼ਰੂਰ ਹੁੰਦੀ। ਉਹ ਮੰਮੀ ਦੇ ਨਾਲ ਵੀ ਅਜਿਹੀਆਂ ਗੱਲਾਂ ਕਰਦੀ ਰਹਿੰਦੀ। ਗੁਲਵੰਤ ਆਖਦਾ, ਮਾਈ 10x10 ਸਾਰੀਆਂ ਗੱਲਾਂ ਮੰਮੀ ਨੂੰ ਨਹੀਂ ਦੱਸੀਦੀਆਂ ਆਉਂਦੀਆਂ। ਹਰ ਘਰ ਦੇ ਕੁਝ ਪਰਦੇ ਵੀ ਹੁੰਦੇ ਆ। ਤਾਂ ਕੀ ਹੋਇਆ ਗੁਲ, ਉਹ ਤਾਂ ਆਪਣੀ ਮੰਮੀ ਹੈ, ਮੰਮੀ ਵਿਚਾਰੀ ਇਕੱਲੀ ਹੈ, ਤੁਸੀਂ ਚਾਰ ਜਾਣੀਆਂ। ਗੁਲਵੰਤ ਆਖਦਾ, ਗਿਓ ਉਸਦੇ ਕੋਲ ਵੀ ਰਾਜੂ ਨੂੰ ਬਦਲਣ ਦਾ ਕੋਈ ਹੱਲ ਨਹੀਂ ਸੀ। ਰਾਜੂ ਇਕੱਲਾ ਨਹੀਂ ਸੀ, ਬਹੁਤੇ ਇੰਡੀਅਨ ਆਦਮੀ ਰਾਜੂ ਵਰਗੇ ਹੀ ਸਨ। ਉਹ ਕਦੇ ਕਦੇ ਰਾਜੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ, ਪਰ ਇਹ ਨਾ ਕਹਿ ਸਕਦਾ ਕਿ ਸੁਖਬੀਰ ਨੂੰ ਸੁਰਿੰਦਰ ਜਿੰਨੀ ਹੀ ਖੁੱਲ੍ਹ ਦੇਵੇ। ਉਸਨੇ ਇੱਕ ਦਿਨ ਸੁਰਿੰਦਰ ਨੂੰ ਕਿਹਾ, ਮਲਵੈਨੇ ਹੁਣ ਤੂੰ ਵੀ ਬਾਕੀ ਭੈਣਾਂ ਵਾਂਗ ਰਹਿਣਾ ਸ਼ੁਰੂ ਕਰ ਦੇ, ਤਾਂ ਜੋ ਤੇਰੇ ਵੱਲ ਦੇਖ ਕੇ ਕੋਈ ਹੋਰ ਤੰਗ ਨਾ ਹੋਵੇ। ਗੁੱਲ, ਮੈਂ ਕਿਹੜਾ ਹੈਲੀਕਾਪਟਰ ਉਡਾਈ ਫਿਰਦੀ ਹਾਂ, ਇਹ ਤਾਂ ਹੁਣ ਤੂੰ ਉਹਨੂੰ ਪੁੱਛ। ਗੁਲਵੰਤ ਵੀ ਸੋਚਦਾ ਕਿ ਅਜਿਹੀ ਕੋਈ ਖਾਸ ਗੱਲ ਤਾਂ ਹੈ ਨਹੀਂ। ਸੁਰਜਨ ਸਿੰਘ ਵੀ ਇਹੀ ਸਾਰੀਆਂ ਗੱਲਾਂ ਸੁਣ ਕੇ ਉਦਾਸ ਹੁੰਦਾ ਸੀ। ਤੇ ਉਹ ਸੁਖਬੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਰਾਜੂ ਦਾ ਮੁਕਾਬਲਾ ਗੁਲਵੰਤ ਦੇ ਨਾਲ ਨਾ ਕਰੇ, ਬਲਕਿ ਗੁਰਜੰਟ ਦੇ ਨਾਲ ਕਰਕੇ ਦੇਖੇ। ਕੰਮ ਉੱਪਰ ਗੁਲਵੰਤ ਅਤੇ ਸੁਰਜਨ ਸਿੰਘ ਮਿਲਦੇ, ਪਰ ਘਰ ਦੀ ਕੋਈ ਗੱਲ ਨਾ ਕਰਦੇ। ਉਹਨਾਂ ਦੀਆਂ ਬਹੁਤੀਆਂ ਗੱਲਾਂ ਸਿਆਸਤ ਬਾਰੇ ਹੁੰਦੀਆਂ ਜਾਂ ਉਸ ਜਗ੍ਹਾ ਦੇ ਬਾਰੇ ਜਿੱਥੇ ਉਹ ਗੁਲਵੰਤ ਜਿਹੜਾ ਸੀ ਘੁੰਮ ਕੇ ਆਇਆ ਹੁੰਦਾ। ਗੁਲਵੰਤ ਦੀਆਂ ਹਫ਼ਤੇ ਦੀਆਂ ਛੁੱਟੀਆਂ ਸਨ। ਸਾਲ ਦੇ 4 ਹਫ਼ਤੇ ਉਸਨੇ ਆਪਣੀ ਲੋੜ ਦੇ ਹਿਸਾਬ ਦੇ ਨਾਲ ਵੰਡ ਲਏ ਹੋਏ ਸਨ। ਇੱਕ ਹਫ਼ਤਾ ਬਚਦਾ ਸੀ ਜਿਹੜਾ ਉਸਨੇ ਕਿਸੇ ਪਾਸੇ ਘੁੰਮਣ ਦੇ ਲਈ ਰੱਖਿਆ ਹੋਇਆ ਸੀ, ਪਰ ਇਸ ਹਫ਼ਤੇ ਅੰਮ੍ਰਿਤ ਢਿੱਲੀ ਹੋ ਗਈ, ਸੋ ਛੁੱਟੀਆਂ ਘਰ ਹੀ ਕੱਟਣੀਆਂ ਪੈ ਗਈਆਂ। ਇੱਕ ਦਿਨ ਸੁਰਿੰਦਰ ਕਹਿਣ ਲੱਗੀ, ਗੁਲ ਕਿਉਂ ਨਾ ਸਵੀਮਿੰਗ ਚਲੀਏ ਆਪਾਂ। ਕਿਉਂ ਨਹੀਂ, ਬਹੁਤ ਦਿਨ ਹੋ ਗਏ ਆਪਾਂ ਨੂੰ, ਪਰ ਅੰਮ੍ਰਿਤ ਦਾ ਕੀ ਕਰਾਂਗੇ, ਸੁਖਬੀਰ ਵੀ ਕੰਮ 'ਤੇ ਹੈ। ਹਾਂ ਹਾਂ, ਇੱਕ ਗੱਲ ਹੈ ਕਿ ਆਪਾਂ ਵਾਰੀ ਵਾਰੀ ਸਵਿਮ ਕਰ ਲਵਾਂਗੇ। ਹਾਏ, ਇਹ ਕਿੱਦਾਂ ਹੋ ਜਾਊ ਗੁਲ, ਮਜ਼ਾ ਤਾਂ ਇਕੱਠੇ ਸਵਿਮ ਕਰਨ ਦਾ ਹੈ, ਫਿਰ ਕਿਸੇ ਦਿਨ ਸਹੀ ਆਪਾਂ ਚੱਲਾਂਗੇ। ਉਹ ਅਕਸਰ ਤੈਰਨ ਚਲੇ ਜਾਇਆ ਕਰਦੇ ਸਨ। ਗੁਲਵੰਤ ਨੇ ਤਾਂ ਇੰਡੀਆ ਦੇ ਵਿੱਚ ਹੀ ਛੱਪਣਾ ਖੂਹਾਂ ਦੇ ਵਿੱਚ ਛਾਲਾਂ ਮਾਰ ਕੇ ਤੈਰਨਾ ਸਿੱਖਿਆ ਹੋਇਆ ਸੀ, ਪਰ ਸੁਰਿੰਦਰ ਨੂੰ ਨਹੀਂ ਸੀ ਆਉਂਦਾ। ਇੱਥੇ ਸਕੂਲਾਂ ਦੇ ਵਿੱਚ ਸਿਖਾਈ ਜਾਂਦੀ ਸੀ ਸਵਿਮਿੰਗ, ਪਰ ਉਸ ਵੇਲੇ ਸੁਰਿੰਦਰ ਦੀ ਉਮਰ ਕੁਝ ਅਜਿਹੀ ਸੀ ਕਿ ਸਵਿਮਿੰਗ ਕਲਾਸਾਂ ਨਹੀਂ ਸੀ ਲੈ ਸਕਦੀ। ਹੁਣ ਘਰ ਦੇ ਨੇੜੇ ਹੀ ਸਵਿਮਿੰਗ ਪੂਲ ਸੀ ਅਤੇ ਗੁਲਵੰਤ ਨੇ ਉਸ ਨੂੰ ਤੈਰਨਾ ਜਿਹੜਾ ਸਿਖਾ ਲਿਆ ਸੀ। ਗਰਭਵਤੀ ਹੋਣ ਤੱਕ ਸੁਰਿੰਦਰ ਲਗਾਤਾਰ ਤੈਰਨ ਜਾਂਦੀ ਰਹੀ ਸੀ। ਅੰਮ੍ਰਿਤ ਦੇ ਜਨਮ ਤੋਂ ਬਾਅਦ ਜਦ ਉਸਦਾ ਪੇਟ ਅੰਦਰ ਨਹੀਂ ਸੀ ਜਾ ਰਿਹਾ, ਤਾਂ ਡਾਕਟਰ ਨੇ ਤੈਰਨ ਦੀ ਜਿਹੜੀ ਸੀ ਵਰਜਿਸ਼ ਕਰਨ ਦੀ ਸਲਾਹ ਦਿੱਤੀ ਸੀ। ਇੱਕ ਦਿਨ ਸੁਖਬੀਰ ਨੇ ਕੰਮ ਦੇ ਉੱਤੇ ਅੱਧਾ ਦਿਨ ਹੀ ਜਾਣਾ ਸੀ, ਉਹਨਾਂ ਨੇ ਸਵੀਮਿੰਗ ਜਾਣ ਦਾ ਪ੍ਰੋਗਰਾਮ ਬਣਾ ਲਿਆ। ਸੁਖਬੀਰ ਤਾਂ ਪਾਣੀ ਦੇ ਵਿੱਚ ਮੱਛੀ ਵਾਂਗ ਹੁੰਦੀ, ਸਵੀਮਿੰਗ ਉਸਦੀ ਹੌਬੀ ਵੀ ਸੀ। ਸੁਖਬੀਰ ਵੀ ਉਹਨਾਂ ਦੇ ਨਾਲ ਹੀ ਤੁਰ ਪਈ ਅਤੇ ਉਸਨੇ ਵੀ ਆਪਣਾ ਟਰੰਕ ਦੇ ਨਾਲ ਜਿਹੜਾ ਟਰੰਕ ਨਾਲ ਲੈ ਲਿਆ। ਇੰਨੀ ਦੇਰ ਬਾਅਦ ਸਵੀਮਿੰਗ ਕਰਨਾ ਸੁਖਬੀਰ ਨੂੰ ਬਹੁਤ ਹੀ ਚੰਗਾ ਲੱਗਿਆ। ਪਹਿਲਾਂ ਸੁਰਿੰਦਰ ਨੇ, ਫਿਰ ਸੁਖਬੀਰ ਨੇ ਅੰਮ੍ਰਿਤ ਨੂੰ ਸੰਭਾਲ ਲਿਆ। ਜਦੋਂ ਘਰੋਂ ਗਏ ਤਾਂ ਰਾਜੂ ਕੰਮ 'ਤੇ ਸੀ। ਉਹ ਮੁੜੇ ਤਾਂ ਰਾਜੂ ਆਇਆ ਬੈਠਾ ਸੀ, ਚਾਹ ਦੀ ਭਰੀ। ਸੁਖਬੀਰ ਉਸਨੂੰ ਕਹਿਣ ਲੱਗੀ, ਗੈਸ ਵੂ, ਜਾਣੀ ਕਿ ਕੌਣ ਹੈ, ਕੀ ਹੋਇਆ, ਅਸੀਂ ਸਵੀਮਿੰਗ ਗਏ ਸੀ, ਕਿੱਥੇ ਸਵੀਮਿੰਗ ਪੂਲ, ਹੋਰ ਕਿੱਥੇ ਜਾਣਾ ਹੈ।
ਸੁਖਬੀਰ ਹਾਲੇ ਵੀ ਪੂਰੇ ਚਾਅ ਦੇ ਵਿੱਚ ਸੀ ਪਰ ਰਾਜੂ ਨੂੰ ਝਟਕਾ ਜਿਹਾ ਵੱਜਿਆ। ਉਹ ਪੁੱਛਣ ਲੱਗਿਆ, ਤੂੰ ਵੀ ਸਵੀਮਿੰਗ ਕੀਤੀ? ਹੋਰ ਨਹੀਂ, ਆਈ ਐਮ ਵੈਰੀ ਗੁੱਡ ਸਵੀਮਰ। ਆਰ ਯੂ? ਸਵੀਮਿੰਗ ਵਾਲੇ ਕੱਪੜੇ ਪਾ ਕੇ ਸਵਿਮ ਕੀਤਾ ਅਤੇ ਹੋਰ ਟਰੋਜ਼ਰ ਸਣੇ ਕਰਨਾ ਸੀ, ਕਹਿੰਦੀ ਸੁਖਬੀਰ ਤਾੜੀ ਮਾਰਦੀ ਹੱਸੀ। ਰਾਜੂ ਦਾ ਗੁੱਸਾ ਹੋਰ ਵੀ ਜ਼ਰਬ ਖਾ ਗਿਆ। ਉਸਨੇ ਪੁੱਛਿਆ, ਹੋਰ ਵੀ ਆਦਮੀ ਸੀਗੇ ਉੱਥੇ ਸਵੀਮਿੰਗ ਪੂਲ? ਹਾਂ, ਸਵੀਮਿੰਗ ਪੂਲ ਭਰਿਆ ਪਿਆ ਸੀ ਉੱਥੇ। ਤੂੰ ਆਦਮੀਆਂ ਸਾਹਮਣੇ ਜਾਣੀ ਕਿ ਚੱਡੀ ਵੀ ਸਵਿਮ ਕੀਤਾ ਹੈ? ਗੁੱਸੇ ਦੇ ਵਿੱਚ ਰਾਜੂ ਦੀਆਂ ਮੁੱਠੀਆਂ ਮੀਚੀਆਂ ਜਾਣ ਲੱਗ ਗਈਆਂ। ਸੁਖਬੀਰ ਬੋਲੀ, ਭਾਜੀ ਵੀ ਤਾਂ ਨਾਲ ਹੀ ਸੀ। ਗੁਲਵੰਤ ਦਾ ਨਾਂ ਸੁਣ ਕੇ ਉਸਦੀਆਂ ਮੁੱਠੀਆਂ ਕੁਝ ਢਿੱਲੀਆਂ ਪਈਆਂ, ਆਵਾਜ਼ ਦੇ ਵਿੱਚ ਵੀ ਕੁਝ ਨਰਮੀ ਆ ਗਈ। ਬੋਲਿਆ, ਦੇਖ ਕੰਨ ਖੜ ਖੋਲ੍ਹ ਕੇ ਸੁਣ ਲੈ, ਮੁੜ ਕੇ ਇਹ ਬੇਵਕੂਫੀ ਨਹੀਂ ਕਰਨੀ ਕਦੇ ਵੀ। ਮੈਂ ਨਹੀਂ ਚਾਹੁੰਦਾ ਕਿ ਮੇਰੀ ਵਾਈਫ ਲੋਕਾਂ ਸਾਹਮਣੇ ਸਵਿਮ ਕਰੇ, ਅੰਡਰਸਟੈਂਡ? ਯੂ ਬਲੱਡੀ ਬ੍ਰੈਕਵਰਡ ਭਾਜੀ ਡਿਜਟ ਠੀਕ ਦੈਟ ਵੇ, ਮਤਲਬ ਕਿ ਇੱਦਾਂ ਬੋਲਣ ਲੱਗੇ। ਉਹਦੀਆਂ ਆਪਣੀਆਂ ਥਿੰਕਿੰਗ ਹੈ, ਮੇਰੀ ਆਪਣੀ ਹੈ। ਉਹ ਤਾਂ ਵਾਈਫ ਨੂੰ ਪੱਬਾਂ ਕਲੱਬਾਂ ਦੇ ਵਿੱਚ ਵੀ ਲਈ ਫਿਰਦਾ ਹੈ, ਪਤਾ ਲੋਕ ਕਿੱਦਾਂ ਟੀਵੀ ਵੱਲ ਦੇਖਦੇ ਹੈ। ਉਹਨੂੰ ਇਸ ਗੱਲ ਦਾ ਨਾ ਇਸ ਗੱਲ ਨਾਲ ਫਰਕ ਨਹੀਂ ਪੈਂਦਾ, ਪਰ ਮੈਨੂੰ ਪੈਂਦਾ। ਉਹ ਆਪਣੇ ਕਮਰੇ ਦੇ ਵਿੱਚ ਸਨ ਅਤੇ ਇੰਨੀ ਕੁ ਆਵਾਜ਼ ਦੇ ਵਿੱਚ ਹੀ ਗੱਲਾਂ ਕਰ ਰਹੇ ਸੀ ਕਿ ਬਾਹਰ ਨਾ ਸੁਣਨ। ਸੁਖਬੀਰ ਡੁਸਕਣ ਲੱਗ ਪਈ। ਰਾਜੂ ਬਿਫਰਿਆਂ ਬੈਠਾ ਸੀ ਅਤੇ ਉਸਨੂੰ ਗੁਲਵੰਤ 'ਤੇ ਵੀ ਗੁੱਸਾ ਆ ਰਿਹਾ ਸੀ। ਉਹ ਸੁਰਿੰਦਰ ਨੂੰ ਘਰੋਂ ਇਵੇਂ ਤਿਆਰ ਕਰਕੇ ਕੱਢਦਾ ਸੀ ਜਿਵੇਂ ਵਿਆਹ ਜਾਣਾ ਹੋਵੇ। ਉਹਨੇ ਕੰਮ ਤੋਂ ਵੀ ਕਈ ਕਈ ਵਾਰ ਫੋਨ ਕਰਕੇ ਉਸਦਾ ਹਾਲ ਚਾਲ ਪੁੱਛਦਾ ਰਹਿੰਦਾ। ਉਸਨੇ ਸੁਖਬੀਰ ਉੱਪਰ ਕਈ ਪਾਬੰਦੀਆਂ ਲਾਈਆਂ ਹੋਈਆਂ ਸਨ, ਸਕਰਟ ਨਹੀਂ ਪਾਉਣੀ, ਵਾਲ ਖੁੱਲ੍ਹੇ ਨਹੀਂ ਛੱਡਣੇ, ਕੰਮ ਉੱਪਰ ਵਾਧੂ ਪੈਸੇ ਨਹੀਂ ਖਰਚਣੇ, ਉਪਰੇ ਮਰਦ ਦੇ ਨਾਲ ਗੱਲ ਨਹੀਂ ਕਰਨੀ। ਉਸਦੀ ਪੱਬ ਜਾਂ ਡਿਸਕੋ ਜਾਣ ਦੀ ਤਮੰਨਾ ਤਾਂ ਕਦੋਂ ਦੀ ਦਮ ਤੋੜ ਚੁੱਕੀ ਸੀ। ਜਦ ਉਸਨੇ ਪ੍ਰਕਾਸ਼ ਕੌਰ ਦੇ ਕੋਲ ਸ਼ਿਕਾਇਤ ਕੀਤੀ ਤਾਂ ਉਹ ਝਈ ਜਿਹੀ ਲੈ ਕੇ ਪੈਂਦੀ ਬੋਲੀ, ਵੀਰਾ ਨਹੀਂ ਵੀਰਾ, ਤੂੰ ਕਿਉਂ ਨਹੀਂ ਸਮਝਦੀ ਕਿ ਰਾਜੂ ਗੁਲਵੰਤ ਨਹੀਂ? ਤੇਰੇ ਡੈਡੀ ਵੀ ਕਹਿੰਦੇ ਆ ਕਿ ਜਿਹੜੀ ਰਾਜੂ ਦੀ ਸੋਚ ਹੈ ਨਾ, ਇਹੋ ਸਾਡੇ ਹਰ ਇੰਡੀਅਨ ਬੰਦੇ ਦੀ ਹੈ, ਇਸ ਕਰਕੇ ਅਕਲ ਨਾਲ ਚੱਲ। ਰਾਜੂ ਸੁਖਬੀਰ 'ਤੇ ਪੂਰਾ ਰੋਬ ਰੱਖਦਾ ਸੀ, ਹੁਕਮ ਵੀ ਚਲਾਉਂਦਾ, ਆ ਲਿਆ ਉਹ ਕਰ ਉਹ ਨਾ ਕਰ। ਸੁਖਬੀਰ ਅੱਗਿਓਂ ਕੁਝ ਕਹਿੰਦੀ, ਦੋਨਾਂ ਦਾ ਝਗੜਾ ਹੋ ਜਾਂਦਾ, ਆਪਸ ਦੇ ਵਿੱਚ ਰੁੱਸ ਜਾਂਦੇ। ਸੁਰਿੰਦਰ ਉਹਨਾਂ ਦੀ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕਰਦੀ, ਨਹੀਂ ਤਾਂ ਗੁਲਵੰਤ ਨੂੰ ਦਖਲ ਦੇਣਾ ਪੈਂਦਾ ਸੀ। ਉਹ ਰਾਜੂ ਨੂੰ ਸਮਝਾਉਂਦਾ ਅਤੇ ਦਬਕਦਾ ਵੀ। ਰਾਜੂ ਜਿਹੜਾ ਸੀ ਮੁੜ ਪੈਂਦਾ, ਪਰ ਕੁਝ ਦਿਨਾਂ ਬਾਅਦ ਫਿਰ ਉਹੋ ਹੀ ਗੱਲ ਹੋਣ ਲੱਗਦੀ ਸੀ। ਬੀਅਰ ਦਾ ਤਾਂ ਉਹ ਲਗਾਤਾਰ ਪੱਬ ਜਾਣ ਕਰਕੇ ਆਦੀ ਹੋ ਚੁੱਕਿਆ ਸੀ। ਬੀਅਰ ਬੱਤਾ ਤਾਂ ਗੁਲਵੰਤ ਵੀ ਪੀ ਲੈਂਦਾ, ਪਰ ਕੰਮ 'ਤੇ ਹੀ। ਜੇ ਕਦੇ ਕੋਈ ਮਹਿਮਾਨ ਆ ਜਾਵੇ ਤਾਂ ਭਾਵੇਂ ਵਿਸਕੀ ਦਾ ਇੱਕ ਪੈਗ ਜਾਂ ਬੀਅਰ ਦਾ ਇੱਕ ਡੱਬਾ ਲੈ ਲਵੇ, ਪਰ ਰਾਜੂ ਅਗਲੇ ਦੇ ਨਾਲ ਬੈਠ ਕੇ ਸ਼ਰਾਬੀ ਹੋਣ ਤੱਕ ਜਾਂਦਾ। ਗੁਲਵੰਤ ਉਸਨੂੰ ਇੰਨੀ ਸ਼ਰਾਬ ਤੋਂ ਰੋਕਦਾ ਕਿ ਕੁਝ ਦਿਨਾਂ ਦੇ ਲਈ ਉਹ ਰੁਕ ਵੀ ਜਾਂਦਾ, ਪਰ ਮੌਕਾ ਮਿਲਦਿਆਂ ਹੀ ਫਿਰ ਪੀਣ ਲੱਗਦਾ। ਇੱਕ ਦਿਨ ਸਰੂਪ ਨੇ ਗੁਲਵੰਤ ਨੂੰ ਫੋਨ ਕਰਕੇ ਬੁਲਾਇਆ। ਸਰੂਪ ਹੁਣ ਆਪਣੀ ਦੁਕਾਨ ਦੇ ਵਿੱਚ ਬਹੁਤ ਵਿਅਸਤ ਹੋ ਗਿਆ ਸੀ। ਗੁਲਵੰਤ ਵੀ ਬਹੁਤਾ ਸਮਾਂ ਕੰਮ 'ਤੇ ਹੀ ਰਹਿੰਦਾ, ਇਸ ਕਰਕੇ ਉਹਨਾਂ ਵਿਚਕਾਰ ਕਦੇ ਕਦੇ ਫੋਨ ਉੱਪਰ ਹੀ ਗੱਲ ਹੁੰਦੀ।
ਰਾਜੂ ਸਰੂਪ ਦੇ ਨਾਲ ਗੁਲਵੰਤ ਵਾਂਗ ਨਹੀਂ ਸੀ ਜੁੜ ਸਕਿਆ। ਉਸ ਨੂੰ ਕਦੇ ਮਿਲਣ ਵੀ ਨਹੀਂ ਸੀ ਗਿਆ ਅਤੇ ਨਾ ਹੀ ਫੋਨ ਕੀਤਾ ਸੀ ਕਦੇ ਉਹਨੇ। ਐਤਵਾਰ ਵਾਲੇ ਦਿਨ ਉਹ ਕੰਮ ਤੋਂ ਮੁੜਦਾ ਹੋਇਆ ਐਕਟਨ ਹੀ ਰੁਕ ਗਿਆ। ਸਰੂਪ ਕਹਿਣ ਲੱਗਿਆ, ਇੱਕ ਦਿਨ ਬਾਗਾ ਆਇਆ ਸੀ, ਕਹਿੰਦਾ ਕਿ ਰਾਜੂ ਕੁੜੀ ਨੂੰ ਤੰਗ ਬਹੁਤ ਕਰਦਾ ਹੈ, ਦੇਖਿਓ ਕਿਤੇ ਕੋਈ ਪੰਗਾ ਨਾ ਪਾ ਬੈਠਿਓ। ਪੰਗਾ ਕਿੱਦਾਂ ਭਾਜੀ? ਤੂੰ ਤਾਂ ਗੁਲ ਇੱਦਾਂ ਗੱਲ ਕਰਦਾ ਜਿੱਦਾਂ ਤੂੰ ਨਿਆਣਾ ਹੁੰਦਾ ਯਾਰ। ਜੇ ਕੁੜੀ ਖੁਸ਼ ਨਾ ਹੋਈ ਤਾਂ ਮੁੰਡੇ ਨੂੰ ਮੋੜ ਵੀ ਸਕਦੀ ਹੈ। ਚੇਤਾ ਤੈਨੂੰ ਵੀਜ਼ਾ ਇੱਕ ਸਾਲ ਦਾ ਲੱਗਿਆ ਸਟੈਂਪ? ਚੇਤਾ ਭੁੱਲ ਗਿਆ ਇੱਥੋਂ ਦੇ ਕਾਨੂੰਨ ਦਾ। ਜੇ ਕਿਤੇ ਮੁੰਡਾ ਮੁੜ ਗਿਆ ਨਾ ਤਾਂ ਪਿੰਡ ਦੇ ਵਿੱਚ ਕੀ ਮੂੰਹ ਦਿਖਾਵਾਂਗੇ। ਇਸ ਕਰਕੇ ਅਕਲ ਦੇ ਨਾਲ ਚੱਲੋ। ਜੇ ਉਹ ਨਹੀਂ ਤਾਂ ਤੂੰ ਤਾਂ ਅਕਲਵੰਦ ਹੈ ਨਾ, ਮੌਕਾ ਸੰਭਾਲ ਲੈ। ਇੱਕ ਵਾਰ ਮੁੰਡਾ ਪੱਕਾ ਤਾਂ ਹੋ ਜਾਵੇ, ਫਿਰ ਜਿਹੜੀਆਂ ਤੰਦੀਆਂ ਕਰਨੀਆਂ ਕਰ ਲਵੇਂ। ਸੁਰਜਨ ਸਿੰਘ ਨੇ ਜਾ ਕੇ ਬੁੱਕ ਰੂਮ ਮੋਹਰੇ ਲੱਗੀ ਓਵਰ ਟਾਈਮ ਦੀ ਆਪਣੀ ਡਿਊਟੀ ਦੇਖੀ। ਉਸਨੇ ਜਨਰਲ ਸੋਰਟਿੰਗ 'ਤੇ ਜਾਣਾ ਸੀ। ਚਿੱਠੀਆਂ ਦੀ ਆਮ ਛਾਂਟੀ ਵਾਲੀ ਜਗ੍ਹਾ ਸੀ ਉਹ। ਫਰੇਮ ਮੋਹਰੇ ਬੈਠ ਕੇ ਚਿੱਠੀਆਂ ਛਾਂਟਣਾ ਕਈ ਵਾਰ ਬੋਰ ਵੀ ਕਰਨ ਲੱਗਦਾ, ਪਰ ਜੇ ਨਾਲ ਕੋਈ ਵਾਕਫ ਬੈਠਾ ਹੋਵੇ ਤਾਂ ਗੱਲਾਂ ਵਾਲਾ ਤਾਂ ਵਕਤ ਸੋਹਣਾ ਗੁਜ਼ਰ ਜਾਂਦਾ। ਸੁਰਜਨ ਸਿੰਘ ਇੰਚਾਰਜ ਦੇ ਕੋਲ ਆਪਣਾ ਨੰਬਰ ਲਿਖਾ ਕੇ ਫਰੇਮਾਂ ਵੱਲ ਵਧਿਆ ਤਾਂ ਦੇਖਿਆ ਕਿ ਚਮਨ ਲਾਲ ਦੇ ਨਾਲ ਦੀ ਸੀਟ ਖਾਲੀ ਪਈ ਸੀ। ਹੋਰ ਕੀ ਚਾਹੀਦਾ ਸੀ? ਉਹ ਤਾਂ ਚਮਨ ਲਾਲ ਨੂੰ ਮਿਲਣਾ ਵੀ ਚਾਹੁੰਦਾ ਸੀ ਪਹਿਲਾਂ ਹੀ। ਕੁਝ ਦਿਨਾਂ ਤੋਂ ਦੂਣੀ ਚੰਦ ਦੀ ਕੁੜੀ ਬਾਰੇ ਸੋਚਦਾ ਸੀ ਕਿ ਦੂਣੀ ਚੰਦ ਚਮਨ ਲਾਲ ਦਾ ਰਿਸ਼ਤੇ ਦੇ ਵਿੱਚੋਂ ਭਰਾ ਲੱਗਦਾ ਸੀ। ਪਿੱਛੇ ਜੇ ਉਸਦੀ ਕੁੜੀ ਦਾ ਵਿਆਹ ਹੋਇਆ, ਪਰ ਹੁਣ ਮੁੰਡੇ ਕੁੜੀ ਦਾ ਆਪਸ ਦੇ ਵਿੱਚ ਝਗੜਾ ਪਿਆ ਹੋਇਆ ਸੀ। ਇੱਕ ਵਾਰ ਸੁਰਜਨ ਸਿੰਘ ਵੀ ਪੰਚਾਇਤੀ ਬਣ ਕੇ ਜਾ ਚੁੱਕਿਆ ਸੀ, ਪਰ ਸੁਲਾਹ ਨਹੀਂ ਸੀ ਹੋ ਰਹੀ ਉਹਨਾਂ ਦੀ। ਇਸੇ ਬਾਰੇ ਹੀ ਚਮਨ ਲਾਲ ਤੋਂ ਪੁੱਛਣਾ ਚਾਹੁੰਦਾ ਸੀ ਕਿ ਕੀ ਬਣਿਆ। ਉਸਦੇ ਸੀਟ ਉੱਪਰ ਬੈਠਦਿਆਂ ਹੀ ਚਮਨ ਲਾਲ ਬੋਲਿਆ, ਅਮਰ ਸੂ ਆਇਆ ਪਿੰਡੋਂ, ਕੱਲ੍ਹ ਬ੍ਰੌਡਵੇ 'ਤੇ ਮਿਲਿਆ ਸੀ ਉਹ। ਕੀ ਦੱਸਦਾ ਪਿੰਡ ਦਾ? ਫਿਰ ਕਹਿੰਦਾ ਅੱਡੇ 'ਚ ਗੇਟ ਬਣ ਗਿਆ ਬੜਾ ਤਕੜਾ। ਅੱਛਾ, ਕਿਹਨੇ ਬਣਾਇਆ? ਬਾਬੂ ਰਾਮ ਸੂ ਦੇ ਮੁੰਡੇ ਨੇ ਬਣਾਇਆ ਕੈਨੇਡੇ ਤੋਂ ਆ ਕੇ। ਹੋਰ ਕੀ ਦੱਸਦਾ? ਬਹੁਤੀਆਂ ਗੱਲਾਂ ਨਹੀਂ ਹੋਈਆਂ। ਕਹਿੰਦਾ ਕੁੜੀਆਂ ਦੇ ਸਕੂਲ ਦੇ ਲਈ ਸਰਪੰਚ ਨੇ ਢਾਲ ਜਾਣੀ ਕਿ ਇਕੱਠੀ ਕਰਨ ਆਉਣਾ। ਸਰਪੰਚ ਕੌਣ ਹੈ ਹੁਣ? ਉਹੀ ਮਜੈਲ ਸੂਬਾ ਸੂ। ਅੱਛਾ ਅੱਛਾ ਅੱਛਾ, ਹੋਰ ਕੀ ਦੱਸਦਾ ਇਲਾਕੇ ਦਾ ਹਾਲ? ਮੁੰਡੇ ਦਾ ਵਿਆਹ ਕਰਨ ਗਿਆ, ਕਹਿੰਦਾ ਕਿਸੇ ਦਿਨ ਲੱਡੂ ਦੇਣ ਆਊ, ਬਹਿ ਕੇ ਗੱਲਾਂ ਕਰਾਂਗੇ। ਇੱਕ ਦੋ ਹੋਰ ਗੱਲਾਂ ਤੋਂ ਬਾਅਦ ਸੁਰਜਨ ਸਿੰਘ ਨੇ ਪੁੱਛਿਆ, ਮੁੜ ਕੇ ਆਪਣੀ ਗੱਲ ਹੀ ਨਹੀਂ ਹੋਈ ਯਾਰ, ਦੂਣੀ ਚੰਦ ਦੀ ਕੁੜੀ ਠੀਕ ਹੈ ਹੁਣ? ਨਾ ਬਈ ਨਾ, ਉਹ ਗੱਲ ਨਹੀਂ ਬਣੀ ਯਾਰ। ਪਹਿਲਾਂ ਕੁੜੀ ਬਹੁਤ ਤਾਹਾਂ ਸੀ, ਹੁਣ ਕੁੜੀ ਨਰਮ ਪਈ ਅਤੇ ਮੁੰਡਾ ਸਾਲਾ ਬਹੁਤ ਤਾਂ ਫਿਰਦਾ ਹੈ, ਲੱਗਦਾ ਤਲਾਕ ਹੋਊ। ਦੂਣੀ ਚੰਦ ਵਿਚਾਰਾ ਰੋਂਦਾ, ਬਈ ਤਲਾਕ ਦਾ ਧੱਬਾ ਵੀ ਖਾਨਦਾਨ 'ਤੇ ਲੱਗਣਾ ਹੀ ਸੀ। ਗੱਲ ਸੁਣ ਸੁਰਜਨ ਸਿੰਘ ਖਾਮੋਸ਼ ਜਿਹਾ ਹੋ ਗਿਆ। ਇੱਕ ਚੀਸ ਉਸਦੇ ਅੰਦਰ ਘੁੰਮ ਗਈ। ਦੂਣੀ ਚੰਦ ਨੇ ਆਪਣੀ ਕੁੜੀ ਦੇ ਲਈ ਇੰਡੀਆ ਤੋਂ ਮੁੰਡਾ ਮੰਗਵਾਇਆ ਸੀ। ਕੁੜੀ ਦੇ ਮੁਕਾਬਲੇ ਮੁੰਡਾ ਸੋਹਣਾ ਸੀ। ਜਲੰਧਰ ਓਵਰਸੀਅਰ ਲੱਗਿਆ ਰਿਹਾ। ਸਾਲ ਭਰ ਉਹ ਠੀਕ ਰਿਹਾ, ਪਰ ਜਦ ਪੱਕੀ ਮੋਹਰ ਲੱਗ ਗਈ ਤਾਂ ਅੱਖਾਂ ਦਿਖਾਉਣ ਲੱਗਿਆ। ਚਮਨ ਲਾਲ ਦੱਸ ਰਿਹਾ ਸੀ ਕਿ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ,
ਬਈ ਐਡੀ ਜੋਬ ਵਾਲਾ ਮੁੰਡਾ ਐਡਜਸਟ ਕਿੱਦਾਂ ਕਰ ਗਿਆ, ਸਾਲੇ ਨੇ ਸਾਲ ਮਿੰਨਾ ਮਸੀਨਾ ਬਣ ਕੇ ਕੱਢ ਲਿਆ। ਮੈਂ ਦੂਣੀ ਚੰਦ ਨੂੰ ਪਹਿਲਾਂ ਹੀ ਕਿਹਾ ਸੀ ਬਈ ਮੁੰਡਾ ਕੁੜੀ ਦੇ ਮੇਚ ਦਾ ਹੀ ਦੇਖੀ, ਨਹੀਂ ਇਹ ਤਾਂ ਬੰਦੇ ਬੰਦੇ 'ਤੇ ਮੁਨੱਸਰ ਕਰਦਾ। ਹੁਣ ਆਪਣੇ ਗੁਲਵੰਤ ਵੀ ਹੈਗਾ ਯਾਰ, ਤੇਰੇ ਸਾਹਮਣੇ ਹੀ ਹੈ, ਤੇਰੀ ਗੱਲ ਹੋਰ ਹੈ, ਤੇਰੇ ਨਿਆਣੇ ਵੀ ਤਾਂ ਮੂੰਹ ਮੱਥੇ ਲੱਗਦੇ ਹੈ। ਇਹ ਸਾਡੀ ਕੁੜੀ ਜ਼ਰਾ ਮਧਰੀ ਵੀ ਸੀ ਅਤੇ ਰੰਗ ਵੀ ਜ਼ਰਾ। ਮੁੰਡਾ ਕੁੜੀ ਨੂੰ ਛੱਡ ਕੇ ਬਰਮਿੰਗਮ ਆਪਣੇ ਭੈਣ ਦੇ ਕੋਲ ਚਲਿਆ ਗਿਆ ਸੀ। ਭੈਣ ਭਣੋਈਆ ਹੀ ਵਿਚੋਲੇ ਵੀ ਸਨ। ਭਣੋਈਏ ਦੇ ਜ਼ਿਆਦਾ ਜ਼ੋਰ ਪਾਉਣ 'ਤੇ ਮੁੰਡੇ ਨੇ ਕੁੜੀ ਰੱਖਣੀ ਮੰਨ ਲਈ ਸੀ, ਪਰ ਮਹੀਨੇ ਦੇ ਅੰਦਰ ਅੰਦਰ ਫਿਰ ਉਹੀ ਕੰਮ ਸ਼ੁਰੂ ਹੋ ਗਿਆ। ਚਮਨ ਲਾਲ ਗੁੱਸੇ ਦੇ ਵਿੱਚ ਆਇਆ, ਕਹਿਣ ਲੱਗਿਆ, ਇੱਦਾਂ ਦੇ ਕੰਜਰ ਸਾਲੇ ਇੰਗਲੈਂਡ ਦੀ ਖਾਤਰ ਹੀ ਵਿਆਹ ਕਰਾਉਂਦੇ ਹੈ? ਜੇ ਮੇਰਾ ਬੱਸ ਚੱਲੇ ਨਾ ਯਾਰ, ਤਾਂ ਸਾਲੇ ਦੇ ਜਾ ਕੇ ਗੋਡਾ ਫੇਰਾਂ। ਮੈਂ ਤਾਂ ਦੂਣੀ ਚੰਦ ਨੂੰ ਕਿਹਾ ਸੀ ਬਈ ਕੁੜੀ ਜੁੱਤੀ ਦੇ ਜ਼ੋਰ ਦੇ ਨਾਲ ਹੀ ਵਸਣੀ ਹੈ। ਚਮਨ ਲਾਲ, ਜੁੱਤੀ ਦੇ ਜ਼ੋਰ ਦੇ ਨਾਲ ਵੀ ਕਦੇ ਕੁੜੀਆਂ ਵਸੀਆਂ? ਕਹਿੰਦਾ ਸੁਰਜਨ ਸਿੰਘ ਇੱਕ ਵਾਰ ਫਿਰ ਚੁੱਪ ਜਿਹਾ ਕਰ ਗਿਆ। ਚਮਨ ਲਾਲ ਨੂੰ ਲੱਗਿਆ ਕਿ ਕਿਧਰੇ ਕੋਈ ਗੜਬੜ ਜ਼ਰੂਰ ਹੈ, ਜਿਹੜਾ ਸੁਰਜਨ ਸਿੰਘ ਨੇ ਇਸ ਦੇ ਵਿੱਚ ਇੰਨੀ ਦਿਲਚਸਪੀ ਲਈ ਹੈ। ਪਰ ਉਸਨੇ ਕੋਈ ਸਵਾਲ ਨਹੀਂ ਕੀਤਾ। ਉਸ ਨੂੰ ਸੁਰਜਨ ਸਿੰਘ ਦੇ ਸੁਭਾਅ ਦਾ ਪਤਾ ਸੀ ਕਿ ਜੇ ਕੁਝ ਦੱਸਣਾ ਹੋਇਆ ਨਾ ਇਹਨੇ ਤਾਂ ਆਪ ਹੀ ਦੱਸੇਗਾ, ਨਹੀਂ ਤਾਂ ਨਹੀਂ। ਸੁਰਜਨ ਸਿੰਘ ਨੇ ਫਿਰ ਪੁੱਛ ਲਿਆ, ਹੁਣ ਕੀ ਸਿਚੁਏਸ਼ਨ ਹੈ ਵੈਸੇ, ਹੁਣ ਕੀ ਹੋਣਾ ਹੈ? ਮੁੰਡਾ ਕਿਤੇ ਗਲਾਸਗੋ ਵੱਲ ਜਾ ਕੇ ਰਹਿਣ ਲੱਗ ਪਿਆ, ਗੱਲ ਗਈ ਹੱਥੋਂ? ਜੇ ਕਿਤੇ ਪਹਿਲਾਂ ਸਮੈਲ ਆ ਜਾਂਦੀ ਨਾ ਕਿਤੇ, ਮਾੜੀ ਮੋਟੀ ਬੋ ਹੀ ਆ ਜਾਂਦੀ, ਤਾਂ ਉਹਨੂੰ ਪੱਕਾ ਹੀ ਨਾ ਹੋਣ ਦਿੰਦੇ। ਲਟਕਦਾ ਰਹਿੰਦਾ ਸਾਲਾ ਵਿੱਚ ਵਿਚਾਲੇ ਹੀ। ਚਮਨ ਲਾਲ ਨੇ ਆਪਣੀ ਗੱਲ 'ਤੇ ਦਬਾਅ ਪਾਉਂਦਿਆਂ ਕਿਹਾ, ਜਿਵੇਂ ਉਹ ਸੁਰਜਨ ਨੂੰ ਕੋਈ ਸਲਾਹ ਦੇ ਰਿਹਾ ਹੋਵੇ। ਸੁਰਜਨ ਚੁੱਪ ਚਾਪ ਚਿੱਠੀਆਂ ਛਾੜਦਾ ਰਿਹਾ। ਕੁਝ ਦੇਰ ਬਾਅਦ ਚਮਨ ਲਾਲ ਬੋਲਿਆ, ਮੈਂ ਤਾਂ ਕਹਿੰਦਾ ਕਿ ਫੇਰ ਵੀ ਇੱਕ ਗੱਲ ਦਾ ਬਚਾਅ ਹੋ ਗਿਆ। ਕਿਹੜੀ ਦਾ? ਕਿਹੜੀ ਗੱਲ ਦਾ? ਕਿ ਕੁੜੀ ਦੇ ਕੋਈ ਬੱਚਾ ਨਹੀਂ ਹੋਇਆ, ਬੱਚਾ ਨਹੀਂ ਸੀ, ਨਹੀਂ ਤਾਂ ਕੁੜੀ ਵਿਚਾਰੀ ਸਾਰੀ ਉਮਰ ਬੱਚਾ ਹੀ ਪਾਲਦੀ ਰਹਿੰਦੀ। ਹੁਣ ਤਾਂ ਕੋਈ ਹੋਰ ਇੰਤਜ਼ਾਮ ਹੋ ਜਾਊ, ਹੌਲੀ ਸਹਿਜੇ। ਗੁਲਵੰਤ ਸਰੂਪ ਦੇ ਮੂੰਹੋਂ ਰਾਜੂ ਨੂੰ ਵਾਪਸ ਮੋੜ ਵਾਲੀ ਗੱਲ ਸੁਣ ਕੇ ਇੱਕ ਪਲ ਦੇ ਲਈ ਤਾਂ ਡਰ ਗਿਆ, ਪਰ ਉਸਨੂੰ ਯਕੀਨ ਸੀ ਕਿ ਇਵੇਂ ਕਦੇ ਵੀ ਨਹੀਂ ਹੋ ਸਕਦਾ। ਸਹੁਰੇ ਘਰ ਦੇ ਵਿੱਚ ਉਸਦੀ ਇੰਨੀ ਇੱਜ਼ਤ ਸੀ, ਅਤੇ ਕੀ ਉਹ ਉਸਦੇ ਭਰਾ ਦੇ ਨਾਲ ਇਵੇਂ ਕਰਨਗੇ? ਕਿ ਸੁਰਿੰਦਰ ਇਵੇਂ ਹੋ ਲੈਣ ਦੇਵੇਗੀ? ਉਸਨੂੰ ਸਭ ਉੱਪਰ ਪੂਰਾ ਭਰੋਸਾ ਸੀ। ਕਦੇ ਕਦੇ ਉਸਦਾ ਦਿਲ ਕਰਦਾ ਕਿ ਸਰੂਪ ਵਾਲਾ ਡਰ ਉਹ ਰਾਜੂ ਦੇ ਨਾਲ ਸਾਂਝਾ ਕਰੇ, ਪਰ ਫਿਰ ਸੋਚਦਾ ਕਿ ਰਾਜੂ ਕੀ ਸੋਚੇਗਾ, ਕਿ ਭਰਾ ਹੀ ਉਸਨੂੰ ਧਮਕੀਆਂ ਦੇ ਰਿਹਾ। ਉਹ ਇਹ ਵੀ ਸੋਚਣ ਲੱਗਦਾ ਕਿ ਕੋਈ ਉਸਦੇ ਭਰਾ ਨੂੰ ਮੋੜਨ ਦੀ ਜ਼ੁਰਤ ਕਿਵੇਂ ਕਰ ਸਕਦਾ ਹੈ। ਇੱਕ ਦਿਨ ਉਹ ਆਪਣੇ ਆਇਰਿਸ਼ ਦੋਸਤ ਐਲਨ ਦੇ ਨਾਲ ਇਸ ਬਾਰੇ ਗੱਲਾਂ ਕਰਨ ਲੱਗਿਆ। ਐਲਨ ਨੇ ਕਿਹਾ, ਗੁਲ, ਮੈਂ ਤੁਹਾਡੇ ਸਮਾਜ ਬਾਰੇ ਕੁਝ ਨਹੀਂ ਜਾਣਦਾ, ਪਰ ਬੰਦੇ ਦਾ ਕੁਝ ਨਹੀਂ ਪਤਾ ਹੁੰਦਾ ਕਿ ਉਹਨੇ ਕਿਹੜੇ ਵੇਲੇ ਬਦਲ ਜਾਣਾ ਹੈ। ਐਲਨ, ਜੇ ਕਿਸੇ ਨੇ ਮੇਰੇ ਭਰਾ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਬਹੁਤ ਬੁਰਾ ਸਬਕ ਸਿਖਾਵਾਂਗਾ। ਗੁਲ, ਕੀ ਸਬਕ ਸਿਖਾਵੇਂਗਾ? ਤੂੰ ਆਪਣਾ ਘਰ ਤਾਂ ਖਰਾਬ ਨਹੀਂ ਕਰੇਗਾ ਨਾ? ਬਿਹਤਰ ਹੈ ਕਿ ਮੌਕਾ ਸੰਭਾਲ, ਐਲਨ ਨੇ ਸਲਾਹ ਦਿੱਤੀ। ਉਸੇ ਦਿਨ ਗੁਲਵੰਤ ਨੇ ਪੱਬ ਦੇ ਵਿੱਚ 2 ਗਲਾਸ ਬੀਅਰ ਦੇ ਪੀਤੇ ਤਾਂ ਇਹ ਸੋਚ ਉਸਦੇ ਮਨ ਦੇ ਵਿੱਚ ਛਿੱਦਤ ਦੇ ਨਾਲ ਫਿਰਨ ਲੱਗੀ। ਉਸਨੇ ਆਪਣੇ ਆਪ ਨੂੰ ਕਿਹਾ, ਇਹ ਵੀ ਦੇਖ ਲੈਂਦੇ ਹਾਂ ਹੁਣ
ਜੇ ਸਾਲੇ ਮੇਰੇ ਭਰਾ ਨੂੰ ਹੀ ਮੋੜਨ ਬਾਰੇ ਸੋਚਣ ਲੱਗ ਪਏ ਤਾਂ ਮੇਰੇ ਇਹ ਕੀ ਲੱਗਦਾ ਹੈ। ਘਰ ਆ ਕੇ ਉਹ ਉਸਨੇ ਸੁਰਿੰਦਰ ਨੂੰ ਪੁੱਛਿਆ, 10/10 ਮੈਨੂੰ ਕਿੰਨਾ ਕੁ ਪਿਆਰ ਕਰਦੀ ਹੈ ਤੂੰ ਗੁਲ, ਕੀ ਹੋ ਗਿਆ ਤੈਨੂੰ ਅੱਜ, ਇਹ ਪੁੱਠੇ ਸਿੱਧੇ ਜਿਹੇ ਸਵਾਲ ਕਿਉਂ ਕਰ ਰਿਹਾ? ਮੇਰੇ ਸਵਾਲ ਦਾ ਜਵਾਬ ਦੇ। ਔਫ ਕੋਰਸ ਆਈ ਲਵ ਯੂ, ਹਾਓ ਮੱਚ, ਕਾਂਟ ਐਕਸਪਲੇਨ, ਸੁਰਿੰਦਰ ਨੇ ਉਸਨੂੰ ਬਾਹਾਂ ਦੇ ਵਿੱਚ ਲੈਂਦਿਆਂ ਕਿਹਾ। ਗੁਲਵੰਤ ਚਾਹ ਕੇ ਵੀ ਇਸ ਬਾਰੇ ਉਸਦੇ ਨਾਲ ਗੱਲ ਨਾ ਕਰ ਸਕਿਆ। ਇਸ ਤੋਂ ਬਾਅਦ ਇੱਕ ਗੱਲ ਇਹ ਹੋਈ ਕਿ ਹੁਣ ਉਸਨੂੰ ਰਾਜੂ ਬਹੁਤਾ ਗਲਤ ਨਾ ਲੱਗਦਾ, ਇੱਕ ਸਧਾਰਨ ਪਤੀ ਵਾਲਾ ਵਰਤਾਰਾ ਹੀ ਤਾਂ ਸੀ ਉਸਦਾ। ਰਾਜੂ ਅਤੇ ਸੁਖਬੀਰ ਦੇ ਝਗੜੇ ਦੇ ਵਿੱਚ ਹੁਣ ਸੁਰਿੰਦਰ ਵੀ ਆਪਣੀ ਭੈਣ ਦਾ ਪੱਖ ਖੁੱਲ੍ਹ ਕੇ ਲੈਂਦੀ ਸੀ। ਸੁਖਬੀਰ ਰਾਜੂ ਤੋਂ ਬਹੁਤ ਤੰਗ ਰਹਿਣ ਲੱਗੀ। ਉਸਨੂੰ ਲੱਗਦਾ ਕਿ ਰਾਜੂ ਜਾਣ ਬੁੱਝ ਕੇ ਉਸਦੇ ਨਾਲ ਅਜਿਹਾ ਵਤੀਰਾ ਕਰ ਰਿਹਾ। ਵਿਆਹ ਤੋਂ ਪਹਿਲਾਂ ਉਹ ਕਿੰਨੀ ਵਾਰ ਫਿਲਮ ਦੇਖਣ ਗਏ ਸਨ, ਪਰ ਵਿਆਹ ਤੋਂ ਬਾਅਦ ਰਾਜੂ ਇੱਕ ਵਾਰ ਵੀ ਉਸਨੂੰ ਕਿਤੇ ਲੈ ਕੇ ਨਹੀਂ ਸੀ ਗਿਆ। ਉਸਨੂੰ ਲੱਗਦਾ ਕਿ ਜਿਵੇਂ ਉਹ ਘਰ ਦੇ ਵਿੱਚ ਕੈਦ ਹੋ ਕੇ ਰਹਿ ਗਈ ਹੋਵੇ। ਗੁਲਵੰਤ ਅਤੇ ਸੁਰਿੰਦਰ ਕਿਤੇ ਜਾਂਦੇ ਤਾਂ ਸੁਖਬੀਰ ਨੂੰ ਨਾਲ ਲੈ ਕੇ ਜਾਂਦੇ, ਪਰ ਉਸਦੀ ਇੰਨੇ ਨਾਲ ਤਸੱਲੀ ਨਹੀਂ ਸੀ ਹੁੰਦੀ। ਉਹ ਮੰਮੀ ਨੂੰ ਫੋਨ ਕਰਦੀ ਤਾਂ ਬਹੁਤਾ ਸਮਾਂ ਰਾਜੂ ਦੀਆਂ ਸ਼ਿਕਾਇਤਾਂ ਹੀ ਲਾਉਂਦੀ ਰਹਿੰਦੀ। ਸੁਰਜਨ ਸਿੰਘ ਨੂੰ ਵੀ ਹੁਣ ਰਾਜੂ 'ਤੇ ਗੁੱਸਾ ਆਉਣ ਲੱਗਿਆ ਸੀ। ਇੱਕ ਦਿਨ ਉਹ ਗੁਲਵੰਤ ਨੂੰ ਕਹਿਣ ਲੱਗਿਆ, ਰਾਜੂ ਨੂੰ ਸਮਝਾ ਕੁਝ। ਡੈਡੀ, ਮੈਂ ਦੋਨਾਂ ਨੂੰ ਹੀ ਸਮਝਾ ਰਿਹਾ, ਦੋਨਾਂ ਨੂੰ ਹੀ ਆਪਣੀ ਸੋਚ ਬਦਲਣ ਦੀ ਲੋੜ ਹੈ। ਰਾਜੂ ਦੀ ਸਾਰੀ ਸੋਚ ਜਿਹੜੀ ਹੈ ਫਿਊਡਰਲ ਸਮਾਜ ਵਾਲੀ ਹੈ, ਅਤੇ ਸੁਖਬੀਰ ਇੱਕਦਮ ਇੱਥੋਂ ਦੇ ਹਿਸਾਬ ਦੇ ਨਾਲ ਸੋਚ ਰਹੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਕਿ ਦੋਨੋਂ ਹੀ ਵਿਚਕਾਰ ਜਿਹੇ ਕਿਤੇ ਆ ਜਾਣ, ਪਰ ਵੀਰਾ ਤਾਂ ਕਹਿ ਰਹੀ ਸੀ ਕਿ ਰਾਜੂ ਜਾਣ ਬੁੱਝ ਕੇ ਉਹਨੂੰ ਇਗਨੋਰ ਕਰ ਰਿਹਾ। ਸੁਰਜਨ ਸਿੰਘ ਦੇ ਬੋਲ ਜ਼ਰਾ ਸਖਤ ਸਨ। ਇਹ ਸਖਤੀ ਗੁਲਵੰਤ ਨੂੰ ਗਵਾਰਾ ਨਹੀਂ ਸੀ, ਪਰ ਉਹ ਆਪਣੀ ਨਰਮ ਸੁਰ ਦੇ ਨਾਲ ਹੀ ਬੋਲਿਆ, ਡੈਡ ਮੈਨੂੰ ਤਾਂ ਅਜਿਹਾ ਨਹੀਂ ਲੱਗਦਾ ਕਿ ਜਾਣ ਬੁੱਝ ਕੇ ਅਜਿਹਾ ਕਰਦਾ ਹੋਵੇ, ਪਰ ਫਿਰ ਵੀ ਤੁਸੀਂ ਫਿਕਰ ਨਾ ਕਰੋ, ਮੈਂ ਕਰਦਾ ਕੁਝ। ਗੁਲ ਨੇ ਸੁਰਿੰਦਰ ਨੂੰ ਕਹਿ ਦਿੱਤਾ ਕਿ ਸੁਖਬੀਰ ਨੂੰ ਸਮਝਾਵੇ ਕਿ ਇੰਡੀਅਨ ਪਤੀ ਅਜਿਹੇ ਹੀ ਹੁੰਦੇ ਨੇ, ਪਰ ਰਾਜੂ ਨੂੰ ਉਸਨੇ ਕੁਝ ਨਾ ਕਿਹਾ। ਕੁਝ ਦਿਨਾਂ ਬਾਅਦ ਉਸ ਸਾਰੇ ਹੀ ਲੇਟੈਂਟ ਸਟੋਨ ਮਿਲਣ ਗਏ ਸਨ ਉਸਨੂੰ। ਸਭ ਦੇ ਬੈਠਿਆਂ ਵਿਚਕਾਰ ਸੁਰਜਨ ਸਿੰਘ ਨੇ ਆਖਿਆ, ਦੇਖ ਰਾਜੂ, ਅਸੀਂ ਕੁੜੀ ਤੈਨੂੰ ਵਿਆਹੀ ਹੈ, ਕੋਈ ਨੌਕਰਾਨੀ ਨਹੀਂ ਦਿੱਤੀ, ਤੈਨੂੰ ਇਹਦਾ ਪੂਰਾ ਧਿਆਨ ਰੱਖਣਾ ਚਾਹੀਦਾ, ਪੂਰੀ ਬਰਾਬਰਤਾ ਦੇਣੀ ਚਾਹੀਦੀ ਹੈ। ਸੁਰਜਨ ਸਿੰਘ ਦੀ ਜਿਹੜਾ ਸੀ ਰੋਬਣਾ ਆਵਾਜ਼ ਹੋਣ ਕਰਕੇ ਰਾਜੂ ਗੁੱਸਾ ਖਾ ਗਿਆ। ਉਹ ਬੋਲਿਆ, ਡੈਡੀ ਮੈਂ ਇਹਨੂੰ ਕਦੇ ਕੁਝ ਨਹੀਂ ਕਿਹਾ, ਕਿਸੇ ਗੱਲੋਂ ਰੋਕਿਆ ਨਹੀਂ, ਪਰ ਜਿੱਦਾਂ ਇਹ ਅਵਾਰਾਗਰਦੀ ਕਰਨ ਨੂੰ ਕਹਿੰਦੀ ਹੈ ਨਾ, ਉਹ ਮੈਂ ਨਹੀਂ ਕਰ ਸਕਦਾ। ਤੂੰ ਘਰੋਂ ਗਾਇਬ ਰਹਿੰਦਾ, ਅੱਧੀ ਅੱਧੀ ਰਾਤ ਨੂੰ ਮੁੜਦਾ, ਇਹ ਵਿਚਾਰੀ ਇਕੱਲੀ ਹੁੰਦੀ ਹੈ, ਮੈਂ ਵੀਕਐਂਡ 'ਤੇ ਦੋਸਤਾਂ ਦੇ ਨਾਲ ਪੱਬ ਜਾਂਦਾ ਬਸ, ਫਿਰ ਇਹ ਇਕੱਲੀ ਕਿਉਂ ਹੁੰਦੀ ਹੈ? ਭਰਜਾਈ ਘਰੇ ਹੀ ਹੈ ਹਰ ਵੇਲੇ ਇਹਦੇ ਨਾਲ, ਇਹਦਾ ਹਸਬੈਂਡ ਤੂੰ ਹੈ, ਜੋ ਸੁੱਖ ਇਹਨੂੰ ਤੇਰੇ ਘਰ ਹੋਣ ਦੇ ਨਾਲ ਮਿਲਣਾ ਨਾ, ਕਿਸੇ ਹੋਰ ਦੇ ਨਾਲ ਨਹੀਂ ਮਿਲ ਸਕਦਾ। ਹਾਲੇ ਤਾਂ ਤੁਹਾਡੇ ਵਿਆਹ ਨੂੰ ਚਿਰ ਹੀ ਥੋੜ੍ਹਾ ਹੋਇਆ, ਅੱਗੇ ਕੀ ਹੋਊ? ਅਕਲ ਦੇ ਨਾਲ ਰਹੋ, ਸਾਡੇ ਵੀ ਮਨ ਸ਼ਾਂਤ ਰਹਿਣ, ਨਹੀਂ ਤਾਂ। ਸੁਰਜਨ ਸਿੰਘ ਨੇ ਗੱਲ ਅਧੂਰੀ ਛੱਡਤੀ। ਉਸਦੀ ਨਹੀਂ ਤਾਂ ਗੁਲਵੰਤ ਦੇ ਸਰੀਰ ਦੇ ਵਿੱਚ ਇੱਕ ਤਾਰ ਜਿਹੀ ਫੇਰ ਗਈ, ਪਰ ਰਾਜੂ ਉੱਪਰ ਇਸਦਾ ਕੋਈ ਅਸਰ ਨਾ ਹੋਇਆ। ਉਸਨੂੰ ਇਹ ਧਮਕੀ ਨਹੀਂ ਸੀ ਲੱਗੀ। ਗੁਲਵੰਤ ਚੁੱਪ ਜਿਹਾ ਹੋ ਰਿਹਾ
ਹੋ ਗਿਆ। ਵਾਪਸ ਘਰ ਆਉਂਦਾ ਵੀ ਖਾਮੋਸ਼ ਜਿਹਾ ਹੀ ਰਿਹਾ। ਉਹ ਸੋਚਦਾ ਜਾ ਰਿਹਾ ਸੀ ਕਿ ਇਸ ਧਮਕੀ ਦੇ ਨਾਲ ਕਿਵੇਂ ਨਿਪਟਿਆ ਜਾਵੇ। ਸੁਰਜਨ ਸਿੰਘ ਉਸਨੂੰ ਕੰਮ ਉੱਪਰ ਮਿਲਦਾ ਤਾਂ ਪਹਿਲਾਂ ਵਾਂਗ ਹੀ ਖੁਸ਼ ਹੋ ਕੇ। ਗੁਲਵੰਤ ਸੋਚਦਾ ਕਿ ਸ਼ਾਇਦ ਇਹ ਧਮਕੀ ਨਾ ਹੀ ਹੋਵੇ। ਇੱਕ ਦਿਨ ਉਸਨੇ ਹੌਂਸਲਾ ਕਰਕੇ ਰਾਜੂ ਨੂੰ ਕਿਹਾ, ਤੂੰ ਆਪਣੀ ਘਰਵਾਲੀ ਨੂੰ ਖੁਸ਼ ਰੱਖ, ਸਾਲ ਕੱਢ ਲੈ, ਪੱਕਾ ਤਾਂ ਹੋ ਜਾ। ਕੀ ਖੁਸ਼ ਰੱਖਾਂ, ਜਦ ਗੱਲ ਕਰੀਦਾ ਕਰਦੀ ਹੈ ਤਾਂ ਕਹਿੰਦੀ ਹੈ ਕਿ ਤੈਨੂੰ ਮੋੜ ਦੇਣਾ, ਅੱਗਿਓਂ ਮੈਨੂੰ ਧਮਕਾਉਂਦੀ ਹੈ। ਇਹਨਾਂ ਸਾਲਿਆਂ ਦੀ ਐਸੀ ਕੀ ਤੈਸੀ, ਮੋੜ ਦੇਣਾ ਹੈ, ਇਹਨਾਂ ਦੇ ਪਿਓ ਦਾ ਰਾਜ ਹੈ, ਗੁਲਵੰਤ ਨੇ ਕਚੀਚੀ ਵੱਟਦਿਆਂ ਕਿਹਾ। ਉਸਦੀ ਸਲਾਹ ਮੰਨਦਿਆਂ ਰਾਜੂ ਵਿੱਚ ਕੁਝ ਕੁ ਜਿਹੜਾ ਬਦਲਾਅ ਜ਼ਰੂਰ ਆਇਆ। ਉਹ ਪੱਬ ਸਿਰਫ ਇੱਕ ਦਿਨ ਹੀ ਜਾਂਦਾ, ਕਦੇ ਕਦੇ ਸੁਖਬੀਰ ਨੂੰ ਨਾਲ ਲੈ ਕੇ ਘੁੰਮਣ ਵੀ ਚਲਿਆ ਜਾਂਦਾ, ਪਰ ਇਵੇਂ ਜਾਂਦਾ ਜਿਵੇਂ ਫੋਰਮੈਨ ਦੇ ਕਹਿਣ ਦੇ ਉੱਤੇ ਕੋਈ ਕੰਮ ਕਰ ਰਿਹਾ ਹੋਵੇ। ਵਿਹਲੇ ਸਮੇਂ ਸੁਖਬੀਰ ਨੂੰ ਲੈ ਕੇ ਬਿਸਤਰ ਦੇ ਵਿੱਚ ਜਾ ਪੈਂਦਾ, ਪਰ ਆਪ ਕਿਤਾਬ ਪੜ੍ਹਨ ਲੱਗਦਾ ਜਾਂ ਸੰਗੀਤ ਸੁਣਨ ਲੱਗਦਾ ਤਾਂ ਸੁਖਬੀਰ ਬਸ ਨਾਲ ਹੀ ਪਈ ਹੁੰਦੀ। ਰਾਜੂ ਕਈ ਗੱਲਾਂ ਦੇ ਵਿੱਚ ਬਹੁਤ ਲਾਪਰਵਾਹ ਸੀ। ਜਿੱਥੇ ਦੇਖਦਾ ਕੱਪੜੇ ਸੁੱਟ ਦਿੰਦਾ, ਰੋਟੀ ਕਦੇ ਵੀ ਡਾਇਨਿੰਗ ਟੇਬਲ ਦੇ ਉੱਤੇ ਬੈਠ ਕੇ ਨਾ ਖਾਂਦਾ, ਰੋਟੀ ਖਾ ਕੇ ਭਾਂਡੇ ਵੀ ਉੱਥੇ ਹੀ ਪਏ ਰਹਿਣ ਦਿੰਦਾ ਸੀ, ਜਦਕਿ ਗੁਲਵੰਤ ਸਿੰਕ ਦੇ ਵਿੱਚ ਰੱਖਦਾ ਸੀ। ਸੁਰਿੰਦਰ ਅਤੇ ਸੁਖਬੀਰ ਟੈਲੀ ਉੱਪਰ ਚੱਲਦੇ ਕਿਸੇ ਕਾਮੇਡੀ ਪ੍ਰੋਗਰਾਮ ਨੂੰ ਦੇਖ ਕੇ ਖਾੜ ਖਾੜ ਹੱਸਦਿਆਂ ਤਾਂ ਉਹ ਉਹਨਾਂ ਵੱਲ ਵਿੰਗਾ ਵਿੰਗਾ ਦੇਖਣ ਲੱਗਦਾ। ਟੈਲੀ ਦੇ ਪ੍ਰੋਗਰਾਮਾਂ ਦੇ ਉੱਤੇ ਉਸਦੇ ਪੱਲੇ ਨਹੀਂ ਸੀ ਪੈਂਦੇ ਅਤੇ ਦੋਵੇਂ ਭੈਣਾਂ ਜਾਣ ਬੁੱਝ ਕੇ ਉਹਦੇ ਸਾਹਮਣੇ ਅੰਗਰੇਜ਼ੀ ਦੇ ਵਿੱਚ ਗੱਲਾਂ ਕਰਦੀਆਂ। ਕਈ ਵਾਰ ਰਾਜੂ ਨੂੰ ਲੱਗਦਾ ਕਿ ਸ਼ਾਇਦ ਉਹਦੀਆਂ ਹੀ ਗੱਲਾਂ ਕਰ ਰਹੀਆਂ ਹੋਣ, ਉਸਨੂੰ ਹੇਠੀ ਜਿਹੀ ਮਹਿਸੂਸ ਹੋਣ ਲੱਗ ਜਾਂਦੀ। ਛੇਤੀ ਉਸਨੇ ਕਾਲੇ ਗੋਰੇ ਦੋਸਤਾਂ ਦੇ ਨਾਲ ਬੋਲ ਬੋਲ ਕੇ ਅੰਗਰੇਜ਼ੀ ਦਾ ਅਭਿਆਸ ਕਰ ਲਿਆ। ਉਹ ਅੰਗਰੇਜ਼ੀ ਸਮਝਣ ਵੀ ਲੱਗਿਆ ਅਤੇ ਬੋਲਣ ਵੀ। ਹੁਣ ਉਹ ਸੁਖਬੀਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਬੋਲਦਾ ਤਾਂ ਉਹ ਮੋਹਰਿਓਂ ਪੰਜਾਬੀ ਦੇ ਵਿੱਚ ਜਵਾਬ ਦਿੰਦੀ। ਇਵੇਂ ਹੀ ਸੁਰਿੰਦਰ ਵੀ। ਸੁਖਬੀਰ ਦੇ ਨਾਲ ਨਾਲ ਉਸਨੂੰ ਸੁਰਿੰਦਰ ਉੱਪਰ ਵੀ ਬਹੁਤ ਗੁੱਸਾ ਆਉਂਦਾ। ਉਸਦੇ ਵਤੀਰੇ ਦੇ ਵਿੱਚ ਉਸਨੂੰ ਨਫ਼ਰਤ ਸਾਫ਼ ਦਿਸਦੀ ਸੀ। ਕਦੇ ਉਸਦਾ ਦਿਲ ਕਰਦਾ ਕਿ ਗੁਲਵੰਤ ਦੇ ਕੋਲ ਸੁਰਿੰਦਰ ਦੀ ਸ਼ਿਕਾਇਤ ਲਾਵੇ, ਪਰ ਫਿਰ ਸੋਚਦਾ ਕਿ ਉਹਨਾਂ ਦੀ ਸੁਖੀ ਵਿਹੋਤਾ ਜ਼ਿੰਦਗੀ ਨੂੰ ਕਿਉਂ ਖਰਾਬ ਕਰੇ। ਇਵੇਂ ਹੀ ਕਰਦਿਆਂ ਕਰਾਉਂਦਿਆਂ ਸਾਲ ਨਿਕਲ ਗਿਆ। ਗੁਲਵੰਤ ਨੇ ਰਾਜੂ ਅਤੇ ਸੁਖਬੀਰ ਦੇ ਪਾਸਪੋਰਟ ਹੋਮ ਆਫਿਸ ਨੂੰ ਭੇਜ ਦਿੱਤੇ ਤਾਂ ਜੋ ਰਾਜੂ ਨੂੰ ਪੱਕੀ ਰਿਹਾਇਸ਼ ਦੀ ਸਟੈਂਪ ਮਿਲ ਜਾਵੇ। ਪਾਸਪੋਰਟ ਦੇ ਨਾਲ ਭੇਜਣ ਦੇ ਲਈ ਸੁਖਬੀਰ ਨੇ ਆਪਣੇ ਹੱਥੀਂ ਚਿੱਠੀ ਲਿਖ ਦਿੱਤੀ ਕਿ ਉਹ ਰਾਜੂ ਦੇ ਨਾਲ ਖੁਸ਼ ਹੈ। ਗੁਲਵੰਤ ਖੁਸ਼ ਸੀ ਕਿ ਕੋਈ ਅਣਸੁਖਾਵੀ ਘਟਨਾ ਨਹੀਂ ਸੀ ਵਾਪਰੀ, ਹੁਣ ਰਾਜੂ ਪੱਕਾ ਹੋ ਜਾਵੇਗਾ ਅਤੇ ਫਿਰ ਜੋ ਕਰਨਾ ਹੈ ਕਰੀ ਜਾਵੇ। ਰਾਜੂ ਦਾ ਵਰਤਾਵ ਅਤੇ ਸੁਖਬੀਰ ਦੀ ਬੇਤਸੱਲੀ ਸੁਰਜਨ ਸਿੰਘ ਨੂੰ ਹਰ ਵੇਲੇ ਚੁੱਭਦੀ ਰਹਿੰਦੀ। ਰਾਜੂ ਸੁਖਬੀਰ ਨੂੰ ਸਾਫ਼ ਕਹਿ ਦਿੰਦਾ ਕਿ ਤੂੰ ਪਤਨੀ ਹੈ ਅਤੇ ਪਤਨੀ ਬਣ ਕੇ ਰਹਿ। ਸੁਰਜਨ ਸਿੰਘ ਸੋਚਣ ਲੱਗਿਆ ਸੀ ਕਿ ਪੱਕਾ ਹੋ ਕੇ ਰਾਜੂ ਕੁੜੀ ਨੂੰ ਜ਼ਿਆਦਾ ਤੰਗ ਕਰੇਗਾ। ਇਹ ਵੀ ਹੋ ਸਕਦਾ ਹੈ ਕਿ ਉਹ ਸੁਖਬੀਰ ਨੂੰ ਛੱਡ ਹੀ ਦੇਵੇ। ਅਜਿਹੀ ਸਥਿਤੀ ਦੇ ਵਿੱਚ ਗੁਲਵੰਤ ਵੀ ਕੁਝ ਨਹੀਂ ਕਰ ਸਕੇਗਾ। ਉਹ ਤਾਂ ਹੁਣ ਵੀ ਕੁਝ ਨਹੀਂ ਕਰ ਰਿਹਾ। ਉਹ ਹਰ ਵੇਲੇ ਸੋਚਾਂ ਦੇ ਵਿੱਚ ਡੁੱਬਿਆ ਰਹਿੰਦਾ ਹੈ। ਇੱਕ ਦਿਨ ਚਮਨ ਲਾਲ ਉਸਨੂੰ ਪੁੱਛਣ ਲੱਗਿਆ, ਸਭ ਠੀਕ ਤਾਂ ਹੈ ਨਾ, ਬਹੁਤ ਗੁਆਚਿਆ ਗੁਆਚਿਆ ਦਿਸ ਰਿਹਾ। ਕੱਲ੍ਹ ਮੈਂ ਤੈਨੂੰ ਹੈਲੋ ਕਿਹਾ ਪਰ ਤੂੰ ਬੋਲਿਆ ਹੀ ਨਹੀਂ। ਲੱਗਦਾ ਯਾਰ ਮੇਰੇ ਨਾਲ ਵੀ ਦੁਨੀ ਚੰਦ ਵਾਲੀ ਹੋਣੀ ਹੈ। ਸੁੱਖ ਬੋਲ ਸੁੱਖ, ਚਮਨ ਲਾਲ ਨੇ ਕਿਹਾ ਅਤੇ ਨਾਲ ਹੀ ਅਗਲੀ ਗੱਲ ਸੁਣਨ ਦੇ ਲਈ ਕੰਨ ਉਸ ਵੱਲ ਕਰ ਲਏ। ਸੁਰਜਨ ਕੁਝ ਦੇਰ ਦੇ ਨਾਲ ਬੋਲਿਆ ਤਾਂ ਉਹਨੇ ਆਪ ਹੀ ਪੁੱਛ ਲਿਆ,
ਕਿਹਦੀ ਗੱਲ ਕਰਦਾ ਹੈ? ਗੁਲਵੰਤ ਦੇ ਛੋਟੇ ਭਰਾ ਦੀ। ਪਿਛਲੇ ਸਾਲ ਜਿਹੜਾ ਵਿਆਹ ਕੀਤਾ ਸੀ ਨਾ, ਮੁੰਡਾ ਪੱਕਾ ਹੋ ਗਿਆ, ਪਾਸਪੋਰਟ ਭੇਜੇ ਹੋਏ ਹੈ। ਇਹੋ ਤਾਂ ਹੁਣ ਡਰ ਹੈ ਕਿ ਪੱਕਾ ਹੋ ਕੇ ਖਰਾਬ ਹੀ ਨਾ ਕਰੇ। ਪਹਿਲਾਂ ਹੀ ਬਹੁਤ ਜਿਹੜਾ ਪਰਛੱਟੇ ਮਾਰਦਾ ਫਿਰਦਾ ਹੈ। ਇਹਦਾ ਇੱਕ ਤਰੀਕਾ ਹੈਗਾ, ਕੁੜੀ ਵੱਲੋਂ ਹੋਮ ਆਫਿਸ ਨੂੰ ਇੱਕ ਚਿੱਠੀ ਹੋਰ ਪਵਾ ਦਿਓ ਕਿ ਜਾਪਣਾ ਕਿ ਮੁੰਡੇ ਨੇ ਸਹੂਲਤ ਦਾ ਵਿਆਹ ਕਰਵਾਇਆ ਅਤੇ ਪੱਕਾ ਹੋ ਕੇ ਛੱਡ ਦੇਵੇਗਾ। ਮੈਂ ਮੁੰਡੇ ਨੂੰ ਹੋਰ ਜੱਜ ਕਰਨਾ ਚਾਹੁੰਦੀ ਹਾਂ ਅਤੇ ਮੇਰੀ ਕਨਫਰਮੇਸ਼ਨ ਦੀ ਉਡੀਕ ਕੀਤੀ ਜਾਵੇ। ਇਹਦੇ ਨਾਲ ਕੀ ਹੋਊ? ਇਹ ਕਿ ਜਦ ਤੱਕ ਤੁਸੀਂ ਨਹੀਂ ਕਹਿੰਦੇ ਕਿ ਮੁੰਡੇ ਦੇ ਪੱਕੀ ਸਟੈਂਪ ਨਹੀਂ ਲੱਗੀ ਹੈ, ਇਹ ਹੋਊ ਜਿੰਨਾ ਚਿਰ ਤੁਹਾਡੀ ਹਾਂ ਨਹੀਂ ਹੁੰਦੀ। ਕੁੱਕੜ ਪਿੰਡੀਏ ਚਰਨ ਸੂਹ ਨੇ ਇੱਦਾਂ ਹੀ ਕੀਤਾ ਸੀ। ਸਾਲ ਦੋ ਸਾਲ ਤਾਂ ਸਹਿਜੇ ਹੀ ਨਿਕਲ ਜਾਣੇ ਆ। ਚਮਨ ਲਾਲ, ਗੱਲ ਤਾਂ ਤੇਰੀ ਠੀਕ ਹੈ ਯਾਰ, ਪਰ ਦੋਨੋਂ ਕੁੜੀਆਂ ਇੱਕੋ ਘਰ ਹੈਗੀਆਂ, ਇੱਦਾਂ ਗੱਲ ਹੋਰ ਪਾਸੇ ਵੀ ਤੁਰ ਸਕਦੀ ਹੈ। ਤੁਰ ਤਾਂ ਸਕਦੀ ਹੈ, ਪਰ ਤੁਸੀਂ ਇਸਦਾ ਕਿਸੇ ਕੋਲ ਜ਼ਿਕਰ ਨਾ ਕਰੋ, ਚੁੱਪ ਕਰਕੇ ਚਿੱਠੀ ਲਿਖ ਦਿਓ। ਪਾਸਪੋਰਟ ਕਦੋਂ ਭੇਜਿਆ ਹੈ? ਇਸੇ ਮੰਡੇ ਨੂੰ ਭੇਜਿਆ। ਜੇ ਕੁਛ ਕਰਨਾ ਤਾਂ ਹੁਣੇ ਕਰ ਦਿਓ, ਅੱਜ ਕੱਲ੍ਹ ਹਫ਼ਤੇ ਦੇ ਵਿੱਚ ਹੀ ਸਟੈਂਪ ਲਾ ਕੇ ਭੇਜ ਦਿੰਦੇ ਹੈ। ਜੇ ਮੁੰਡਾ ਪੱਕਾ ਹੋ ਗਿਆ ਤਾਂ ਹੱਥ ਮਲਦੇ ਰਹਿ ਜਾਓਗੇ। ਚਮਨ ਲਾਲ ਪੂਰੀ ਹਮਦਰਦੀ ਦੇ ਨਾਲ ਗੱਲ ਕਰ ਰਿਹਾ ਸੀ। ਸੁਰਜਨ ਸਿੰਘ ਸੋਚਾਂ ਦੇ ਵਿੱਚ ਪੈ ਗਿਆ। ਉਸਨੂੰ ਪਤਾ ਸੀ ਕਿ ਗੁਲਵੰਤ ਦਾ ਰਾਜੂ ਦੇ ਨਾਲ ਬਹੁਤ ਪਿਆਰ ਹੈ। ਇਹ ਗੱਲ ਉਸਨੂੰ ਬਿਲਕੁਲ ਪਸੰਦ ਨਹੀਂ ਆਵੇਗੀ, ਸਗੋਂ ਉਲਟ ਸੁਰਿੰਦਰ ਦੇ ਗੁਲਵੰਤ ਦੇ ਸੰਬੰਧਾਂ ਦੇ ਵਿੱਚ ਵੀ ਫਰਕ ਪੈ ਸਕਦਾ। ਰਾਜੂ ਨੂੰ ਮੁੜਨਾ ਗੁਲਵੰਤ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਸਨੇ ਦੇਖਿਆ ਕਿ ਗੁਲਵੰਤ ਕੰਮ 'ਤੇ ਹੈ ਅਤੇ ਸੁਰਿੰਦਰ ਘਰ ਹੀ ਹੋਵੇਗੀ। ਉਸਨੇ ਸੁਰਿੰਦਰ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਸੁਰਿੰਦਰ ਨੇ ਕਿਹਾ, ਡੈਡ, ਰਾਜੂ ਨੇ ਸੁਧਰਨਾ ਤਾਂ ਹੈ ਨਹੀਂ, ਪਰ ਗੁੱਲ ਨੇ ਇਹ ਗੱਲ ਲਾਇਕ ਨਹੀਂ ਕਰਨੀ। ਇਸੇ ਗੱਲੋਂ ਤਾਂ ਮੈਂ ਡਰਦਾ ਕਿ ਉਹ ਵੀ ਕਿਤੇ ਤੈਨੂੰ ਛੱਡ ਕੇ ਤੁਰਦਾ ਬਣੇ। ਇੱਦਾਂ ਨਹੀਂ ਕਰਦਾ ਗੁੱਲ, ਉਹ ਤਾਂ ਮੇਰੇ 'ਤੇ ਜਾਣ ਦਿੰਦਾ ਹੈ ਅਤੇ ਨਾਲੇ ਅੰਮ੍ਰਿਤ ਤੋਂ ਬਿਨਾਂ ਤਾਂ ਉਹ ਰਹਿ ਹੀ ਨਹੀਂ ਸਕਦਾ। ਫਿਰ ਆਪਾਂ ਹਾਲੇ ਰਾਜੂ ਨੂੰ ਮੋੜਨ ਤਾਂ ਨਹੀਂ ਲੱਗੇ ਨਾ, ਸਿਰਫ ਡਿਲੇਅ ਹੀ ਕਰਨੀ ਹੈ। ਠੀਕ ਹੈ ਡੈਡੀ, ਠੀਕ ਹੈ, ਜਿੱਦਾਂ ਵੀ ਤੁਸੀਂ ਕਰਨੀ ਹੈ ਕਰ ਲਓ, ਸੁਰਿੰਦਰ ਨੇ ਪੂਰੀ ਤਸੱਲੀ ਦੇ ਨਾਲ ਕਿਹਾ। ਉਸਨੂੰ ਯਕੀਨ ਸੀ ਕਿ ਕੁਝ ਵੀ ਹੋ ਜਾਵੇ, ਗੁਲਵੰਤ ਉਸਨੂੰ ਕਦੇ ਨਹੀਂ ਛੱਡੇਗਾ। ਸੁਰਜਨ ਸਿੰਘ ਨੂੰ ਇਹ ਗੱਲ ਕੁਝ ਕੁ ਰਾਹਤ ਵੀ ਦੇ ਰਹੀ ਸੀ ਪਰ ਫਿਕਰਮੰਦ ਵੀ ਬਣਾ ਰਹੀ ਸੀ। ਫਿਰ ਉਸਨੇ ਸੁਖਬੀਰ ਦੇ ਨਾਲ ਗੱਲ ਕੀਤੀ ਅਤੇ ਉਹ ਤਾਂ ਪਹਿਲਾਂ ਹੀ ਭਰੀ ਪੀਤੀ ਬੈਠੀ ਸੀ। ਬੋਲੀ, ਡੈਡ, ਆਈ ਡੋਂਟ ਵਾਂਟ ਲੀਵ ਵਿਦ ਹਿਮ। ਨਹੀਂ, ਇੱਦਾਂ ਨਹੀਂ, ਆਪਾਂ ਸਿਰਫ ਚਿੱਠੀ ਹੀ ਲਿਖਣੀ ਹੈ ਅਤੇ ਦੇਖਦੇ ਹਾਂ, ਜੇ ਸੁਧਰ ਗਿਆ ਤਾਂ ਠੀਕ ਹੈ। ਮੈਂ ਸਮਝਦਾ ਹਾਂ ਹੋਰ ਜ਼ਰਾ ਮੈਚੋਰ ਹੋ ਕੇ ਠੀਕ ਵੀ ਹੋ ਸਕਦਾ ਹੈ। ਜੀ ਦੋਸਤੋ, ਇਹ ਸੀ ਜੀ ਹਰਜੀਤ ਅਟਵਾਲ ਜੀ ਦੀ ਕਲਮ ਦੇ ਵਿੱਚੋਂ ਨਾਵਲ 92 ਲੜੀਵਾਰ ਭਾਗ 14। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਦੁਆਬਾ ਰੇਡੂ ਦਾ ਮੰਚ ਅਤੇ ਫਿਨਲੈਂਡ ਸਟੂਡੀਓ।